ਹੁਣ ਤੂੰ ਇਹ ਗੱਲ ਸਮਝ ਜਾ ਤੇ ਮੰਨ ਲੈ ਕਿ ਜਸ ਦੇ ਵਿਆਹ ਵਾਲੀ ਬਾਜੀ ਨਾ ਮੈਂ ਜਿੱਤੀ ਬੈਠੀ ਹਾਂ। ਡਰਦਾ ਕਿਸ ਤੋਂ? ਬੁਲਾਲੇ ਜੀ ਨੂੰ ਮਰਜ਼ੀ ਹੈ ਜੀ, ਡਰਦੇ ਦੇ ਦੋ ਪੈਗ ਲੱਗਣੇ। ਉਹ ਨਾ ਨਾ ਧੀਏ, ਸਾਨੂੰ ਇਹੋ ਜਿਹੀਆਂ ਆਦਤਾਂ ਨਾ ਪਾ ਕਿ ਤੇ ਨਾ ਹੋਵੇ ਕਿ ਤੇਰੇ ਜਾਣ ਮਗਰੋਂ ਅਸੀਂ ਕੰਧਾਂ ਕੋਲਿਆਂ ਨਾਲ ਵੱਜ ਵੱਜ ਰਹਿੰਦੇ। ਇਹ ਨਹੀਂ ਗੰਜਰ ਕਿਸੇ ਦੀ ਸੁਣਦਾ, ਇਹਨੂੰ ਨਹੀਂ ਕੋਈ ਚੜੀ ਲੱਥੀ ਦੀ, ਆ ਸੱਟੇ ਹੀ ਤੈਨੂੰ ਮਾਰਨਗੇ ਜਿੱਦੇ ਮਰਿਆ ਨਾ ਤੂੰ ਇਹ ਇਹਨਾਂ ਕੰਜਾਂ ਗੱਲਾਂ 'ਚ ਉਲਝ ਕੇ ਮਰੇਗਾ ਕੰਜਰਾ। ਮਾਏ ਹਾਂ ਦੱਸ ਕਿੱਧਰ ਗੇੜੇ ਕੱਢੀ ਜਾਂਦੀ ਹੈ? ਜੇ ਤੂੰ ਨਹੀਂ ਕੋਈ ਕੰਮ ਕਰਨਾ ਮੈਂ ਤਾਂ 100 ਕੰਮ ਕਰਨੇ ਹੈ। ਕੰਮ ਇਹ ਕਰਦਾ ਇਹਨੂੰ ਮੈਂ ਕਹਿੰਦਾ ਜੱਗੇ ਨੂੰ ਬੁਲਾ ਕੇ ਦਿਖਾ ਦੇ, ਇਹ ਨਹੀਂ ਫਰਜ਼ਾ ਠੀਕ ਹੁੰਦਾ। ਅੱਛਾ ਨਾਲ ਲੱਗੀ ਜਾ, ਜੱਗੇ ਨੂੰ ਵੀ ਮੈਂ ਬੁਲਾ ਕੇ ਲਿਆ ਵਾਂ, ਸ਼ਰਮ ਤਾਂ ਨਹੀਂ ਆਉਂਦੀ ਵੀ ਜੇ ਇਹ ਜਾ ਨਾ ਤਾਂ ਹੀ ਤੀਵੀਂ ਤੋਂ ਇੰਨਾ ਕੁਛ ਸੁਣਦਾ, ਨਹੀਂ ਉਹਦੀ ਕੀ ਮਜਾਲ ਹੈ ਤੈਨੂੰ ਇੱਕ ਤੋਂ ਦੋ ਕਹਿ ਜੇ। ਲੈ ਕਹਿੰਦੀ ਇੱਕ ਤੋਂ ਦੋ ਕਹਿ ਜੇ, ਮੈਂ ਫਿਰ ਮਿੱਥੋਂ ਤਾਂ ਨਹੀਂ ਕੰਮ ਹੁੰਦੇ, ਦੇਖ ਮੈਂ ਤੈਨੂੰ ਐਵੇਂ 100 ਦੀ ਕਸਾਉਣਾ ਬੰਦਾ ਦੇਖ ਜਿਹੜੇ ਤਾਂ ਹੋ ਜਾਂਦੇ ਨੇ, ਅਗਲਾ ਕਹਿ ਦਿੰਦਾ ਵੀ ਅੱਜ ਨਹੀਂ ਤਾਂ ਕੱਲ ਨੂੰ ਕਰ ਦੂੰ, ਵੀ ਮੈਂ ਤਾਂ ਕਹਿਣਾ ਮਿੱਥੋਂ ਨਾ ਅੱਜ ਹੋਵੇ ਨਾ ਕੱਲ। ਹਾਂ ਤੇਰਾ ਤਾਂ ਭਾਈ ਜਮਾਂ ਸਰਿਆ ਪਿਆ, ਲੋਕਾਂ ਦੇ ਜਵਾਕ ਵੇਖ ਲੈ ਐਡੇ ਐਡੇ ਕੰਮ ਕਰਦੇ ਆ, ਬਾਹਰੇ ਵੀ ਨੌਕਰੀਆਂ ਕਰਦੇ ਆ, ਘਰ ਦੇ ਵੀ ਕੰਮ ਕਰਦੇ ਆ, ਤਾਂ ਇੱਥੇ ਤਾਂ ਕੋਈ ਸਵਾਹ ਨਹੀਂ ਉੱਡਦੀ। ਉਹ ਸੋਨੂੰ ਤਾਂ ਮੇਰੀ ਨੌਕਰੀ ਬੇਕਾਰ ਲੱਗਦੀ ਹੈ, ਜਿੱਦੇ ਪੱਤਾ ਪਿਆ ਉੱਦੇ ਦੇਖਿਓ। ਬੇਤਾਰੀ ਕਹਿਣ ਨੂੰ ਤਾਂ ਕੀ ਕਹਿਣਾ ਹੈਗਾ, ਆ ਤੇਰੀ ਤੀਵੀਂ ਮਾੜੀ ਮੋਟੀ ਉਹ ਹੈਗੀ ਹੈ, ਜੇ ਇਹਦੀ ਥਾਂ 'ਤੇ ਕੋਈ ਹੋਰ ਹੁੰਦੀ ਨਾ ਤੈਨੂੰ ਅੱਜ ਦੀ ਛੱਡ ਕੇ ਕਿੱਦਾਂ ਦੀ ਤੁਰ ਗਈ ਹੁੰਦੀ। ਉਹ ਤਾਂ ਮੈਨੂੰ ਵੀ ਪਤਾ, ਪਰ ਇਹ ਤਾਂ ਨਹੀਂ ਛੱਡ ਕੇ ਜਾਂਦੀ, ਪਤਾ ਨਾ ਇਹਦੇ ਅੱਗੇ ਆ ਨਾ ਪਿੱਛੇ, ਜਾਊਗੀ ਤੇ ਲਵੇ ਠੇਡੇ ਖਾਊ ਬਾਹਰੇ ਜਾ ਕੇ, ਮੈਨੂੰ ਵੀ ਪਤਾ ਵੀ ਇਹ ਜਾ ਨਹੀਂ ਸਕਦੀ। ਆਹ ਜਾਊਗੀ ਟੇਡੇ, ਫਿਰ ਭਾਈ ਭੌਂਕਣਾ ਜਾਣਦੀ ਆ, ਭੌਂਕ ਕੇ ਹਟ ਜਾਂਦੀ। ਮੇਰੀ ਗੱਲ ਸੁਣ ਲੈ, ਫਿਰ ਐਂ ਵਿਹਲੇ ਬਹਿ ਕੇ ਨਹੀਂ ਸਰਦਾ, ਐਂ ਆਪਣੇ ਘਰ ਦਾ ਬੇੜਾ ਪੂਰਾ ਕਿਵੇਂ ਹੋਊ, ਕੋਈ ਕੰਮ ਨੂੰ ਹੱਥ ਪਾ ਲਿਆ ਕਰ। ਕੰਮ ਨੂੰ ਤੁਸੀਂ ਹੈਗੇ ਹੋ ਪਾ ਲਿਆ ਕਰੋ, ਮੈਂ ਹੁਣ ਤੁਹਾਨੂੰ ਕਹੀ ਜਾਂਦਾ ਮੇਰਾ ਸਾਰਾ ਦਿਨ ਦਿਮਾਗ ਖਰਚ ਹੁੰਦਾ ਹੈ ਵੀ ਕਿਹੜਾ ਕਿਹੜਾ ਨੰਬਰ ਲਾਉਣਾ, ਕਿਹੜਾ ਨਹੀਂ ਲਾਉਣਾ, ਕਿਹੜਾ ਪਿਛਲੀ 'ਚ ਆਇਆ ਸੀ, ਕਿਹੜਾ ਹੁਣ ਅੱਗੇ ਆਊਗਾ। ਲੈ ਦੱਸ ਵੀ ਮੈਂ ਵੀ ਕਿੰਨਾ ਕੁ ਚਿਰ ਤੁਹਾਨੂੰ ਲਿਆ ਲਿਆ ਕੇ ਖਵਾਈ ਜਾਊਂ, ਹੁਣ ਮੇਰੀ ਗੱਲ ਸੁਣ, ਮੈਂ ਪਹਿਲਾਂ ਕਿੰਨੇ ਕੁ ਰਿਸ਼ਤੇ ਕਰਾ ਲੈਂਦੀ ਹਾਂ, ਕਿਹੜਾ ਨਿੱਤ ਕਰਾਉਣੀ ਆ, ਸਾਲ 'ਚ ਕੋਈ 5-4 ਰਿਸ਼ਤੇ ਕਰਾਉਣੀ ਆ, ਉਹ ਵੀ ਤੈਨੂੰ ਪਤਾ ਅਗਲਾ ਕੋਈ ਤਾਂ 4 ਸੂਟੜਿਆਂ ਨਾਲ ਹੀ ਸਾਰ ਦਿੰਦਾ, ਕੋਈ ਭਾਈ ਮਾੜੇ ਮੋਟੇ ਨਾਲ 4 ਪੈਸੇ ਦਾ, ਫਿਰ ਇਹਦੇ ਨਾਲ ਨਹੀਂ ਆਏ ਕਬੀਲਦਾਰੀਆਂ ਤੁਰਦੀਆਂ। ਉਹ ਤੂੰ ਤਾਂ ਉਵੇਂ ਮੰਨ ਜਾਂਦੀ ਆ ਮੜੀ, ਇਹ ਸੂਟਾਂ ਪਿੱਛੇ ਤੈਨੂੰ ਪਤਾ ਅਗਲਾ ਹੁਣ ਲੱਖ ਲੱਖ ਰੁਪਇਆ ਰਿਸ਼ਤੇ ਦਾ ਲੈਂਦਾ, ਆ ਕੇ 4 ਸੂਟ ਦੇ ਦੇ ਤੇਰੇ ਵਰਗੀ ਚੌੜੀ ਹੋ ਜਾਂਦੇ, ਰਿਸ਼ਤਾ ਕਰਾਤਾ ਸੂਟ ਦੇ ਦਾ। ਲੱਖ ਰੁਪਇਆ ਵੀ ਅਗਲਾ ਉਹ ਦਿੰਦਾ ਜਾਂ ਤਾਂ ਜਿਹਨੂੰ ਕਿਤੇ ਸਾਕ ਨਹੀਂ ਹੁੰਦਾ, ਜਾਂ ਅਗਲਾ ਜਿਹੜਾ ਕੋਈ ਬਈ ਬਾਹਰਲਾ ਬੂਰਲਾ, ਹੁਣ ਜਿਹੜੇ ਇੱਥੇ ਲੋਕਲ ਰਿਸ਼ਤੇ ਕਰਾਉਣੇ ਉਹ ਕੋਈ ਲੱਖ ਨਹੀਂ ਦਿੰਦੇ। ਉਹ ਫਿਰ ਤੂੰ ਗੋਲੇ ਕਿਉਂ ਫੜਦੀ ਆ, ਤੂੰ ਚੀਨੇ ਕਬੂਤਰ ਫੜਿਆ ਕਰ ਸਾਰੀ ਬਾਹਰ ਫੜਿਆ ਕਰ, ਚੀਨੇ ਕਬੂਤਰ ਤੈਨੂੰ ਪਤਾ ਅੱਜ ਕੱਲ ਮਾਹੌਲ ਕਿਹਾ ਜਾ ਵੀ, ਅੱਜ ਕੱਲ ਤਾਂ ਮੁੰਡੇ ਕੁੜੀਆਂ ਬਾਹਰ ਹੀ ਗਿੱਟ ਮਿੱਟ ਕਰ ਲੈਂਦੇ, ਵਿਚੋਲਿਆਂ ਦੀ ਲੋੜ ਹੀ ਘੱਟ ਰਹਿੰਦੀ ਹੈ। ਤੁਸੀਂ ਝੂਠਾ ਖਾਰਖਾ, ਇੱਕ ਦੂਜੀ ਦਾ ਨਾਂ ਤਾਂ ਦੇਖੋ ਪਤੰਦਰ ਨਹੀਂ ਹਟੇ, ਉਹ ਐਂ ਕਰਦੀ ਹੈ। ਮੈਂ ਤੈਨੂੰ ਇੱਕ ਗੱਲ ਸੁਣਾਉਣਾ, 100 ਦੀ ਵੀ ਉਹ ਨਹੀਂ ਕਿਤੇ ਜਾਂਦੀ, ਦੇਖ ਟੈਂਸ਼ਨ ਫਰੀ ਰਹਿ, ਕੰਮ ਧੰਦੇ ਨੂੰ ਆਪਣੂੰ ਕਹਿਣਾ ਨਾ ਕਿਹਾ ਨਾ ਕਰ, ਹੋਰ ਤੂੰ ਡੀਸੀ ਲੱਗਿਆ ਵੀ ਤੈਨੂੰ ਕੰਮ ਧੰਦੇ ਨੂੰ ਨਾ ਕਿਹਾ ਕਰਾਂ। ਫਿਰ ਐਂ ਕਰਾਂ ਪੱਖਾ ਜਿਹਾ ਆਹੀ ਦੁਕਾਨ ਤੇ ਧਰਿਆ ਮੈਂ ਉਹਦੇ, ਹਾਂ ਜਦ ਧਰਿਆ ਕੋਈ ਕੰਮ ਤਾਂ ਕਰ ਲਾ, ਹਾਂ ਆਹੀ ਕਰੂੰਗਾ ਬਾਕੀ ਹੋਰ ਨਹੀਂ ਹੁੰਦਾ। ਹਾਂ ਮੈਨੂੰ ਪਤਾ ਹੀ ਹੈ ਤੇਰਾ, ਇਹ ਵੀ ਇਹ ਨਹੀਂ ਪਤਾ ਉੱਥੇ ਦੁਕਾਨ ਤੱਕ ਪਹੁੰਚੇਗਾ ਕਿ ਰਾਹ 'ਚ ਹੀ ਕਿਤੇ ਇੱਥੇ ਲੁਟਕ ਜਾਏਗਾ। ਲੁਟਕ ਨਹੀਂ, ਮੈਂ ਤੈਨੂੰ ਕਹਿੰਦਾ ਜੇ ਸਾਮਰਿਆ ਸਾਮਰਿਆ ਨਹੀਂ, ਮੈਂ ਤਾਂ ਵੇਚੂ ਮੇਰੇ ਸਾਲ ਨੂੰ। ਵੇਚਦੇ ਚੀਜ਼ਾਂ ਘਰ ਦੀਆਂ ਬਣਦੀਆਂ ਤਾਂ ਹੈ ਨਹੀਂ, ਵੇਚਣੀ ਜਾਣਦਾ ਵੇਚ ਲਾ, ਜਦੋਂ ਮੈਂ ਮਰ ਗਈ ਨਾ ਸਾਰਾ ਕੁਛ ਹੀ ਵੇਚਦੀ, ਘਰ ਵੀ ਵੇਚਦੀ, ਕੰਜਰਾ ਫਿਰਦਾ ਰਹੀ ਭੌਂਕਦਾ। ਮਾਂ ਤੇ ਜਸ ਮੇਨੇ ਐਡੀ ਵੱਡੀ ਖੇਡ ਖੇਡ ਗਏ, ਮੈਥੋਂ ਇਹਨਾਂ ਦੀ ਇਹ ਖੇਡ ਨਾ ਜਰੀ ਨਹੀਂ ਜਾਂਦੀ। ਇੱਕ ਮੇਰੇ ਵਾਲਾ ਡੁੰਨ ਵੱਟਾ ਬਣ ਕੇ ਖੜ ਜੂਗਾ, ਕੁਛ ਭੌਂਕਦਾ ਵੀ ਨਹੀਂ, ਮਿੰਟ 'ਚ ਕਹਿ ਗਿਆ ਜਸ ਤੇਰਾ ਰਿਸ਼ਤਾ ਹੋ ਗਿਆ, ਪੈਗ ਸ਼ੈਗ ਲਾਈਏ, ਇਹ ਤੋਂ ਪਹਿਲਾਂ ਕਿ ਮਾਂ ਆਪਦੀ ਪਸੰਦ ਦੀ ਲੈ ਕੇ ਆਵੇ, ਮੈਨੂੰ ਕੁਛ ਕਰਨਾ ਪੈਣਾ, ਨਹੀਂ ਤਾਂ ਮੇਰੇ ਸਾਰੇ ਖੇਡ। ਮੈਨੂੰ ਲੱਗਦਾ ਜਦੋਂ ਦਾ ਜਸ ਦਾ ਰਿਸ਼ਤਾ ਹੋਇਆ ਨਾ, ਦੇਖ ਵਿਚਾਰੀ ਕਿਵੇਂ ਕਮਲਾਈ ਫਿਰਦੀ ਹੈ,
ਹੁਣ ਤੂੰ ਇਹ ਗੱਲ ਸਮਝ ਜਾ ਅਤੇ ਮੰਨ ਲੈ ਕਿ ਜਸ ਦੇ ਵਿਆਹ ਵਾਲੀ ਬਾਜੀ ਨਾ ਮੈਂ ਜਿੱਤੀ ਬੈਠੀ ਹਾਂ। ਮਾਂ, ਜਿੱਤ ਤਾਂ ਉਦੋਂ ਮੰਨੀ ਜਾਊਗੀ ਜਦੋਂ ਮੈਡਲ ਹੱਥ 'ਚ ਹੋਊਗਾ। ਕਈ ਵਾਰੀ ਨਾ ਖਿਡਾਰੀ ਲਾਸਟ ਬਾਲ 'ਤੇ ਆਊਟ ਹੋ ਜਾਂਦਾ ਅਤੇ ਤੇਰੇ ਨਾਲ ਵੀ ਕਿਤੇ ਉਹ ਗੱਲ ਨਾ ਹੋ ਜੇ ਵੀ ਤੂੰ ਜਿੱਤਦੀ ਆਊਟ ਹੋ ਜਾਵੇਂ। ਅੱਛਾ, ਦੇਖ ਤਾਂ ਸਹੀ ਕਿੱਡੇ ਕਿੱਡੇ ਵੱਡੇ ਆਪਣੇ ਮਨ 'ਚ ਵਹਿਮ ਪਾਲੀ ਬੈਠੀ ਹੈ। ਤੈਨੂੰ ਕੀ ਲੱਗਦਾ ਕਿ ਮੈਂ ਲਾਸਟ 'ਤੇ ਆਊਟ ਹੋਣ ਵਾਲੇ ਖਿਡਾਰੀ ਵਿੱਚ ਆਪਣਾ ਨਾਂ ਆਉਣ ਦੇਊਂਗੀ? ਕਦੀ ਵੀ ਨਹੀਂ, ਕਿਉਂਕਿ ਮੈਂ ਨਾ ਉਹ ਮਿੱਟੀ ਦੀ ਬਣੀ ਹੋਈ ਹਾਂ ਜਿਹਨੇ ਹਾਰਨਾ ਨਹੀਂ ਜਿੱਤ। ਠੀਕ ਹੈ ਨਾ? ਮੈਨੂੰ ਲੱਗਦਾ ਮੇਰਾ ਫੋਨ ਵੱਜਦਾ। ਕੁੜਮਾਂ ਦਾ ਹੋਣਾ, ਆ ਵਿਆਹ ਦੀ ਤਰੀਕ ਤਰੂਕ ਪੁੱਛਦੇ ਹੋਣੇ ਆ, ਵਿਆਹ ਵੀ ਰੱਖਣਾ ਨਾ ਹੁਣ। ਪੁੱਤ, ਕੰਮ ਜ਼ਰੂਰ ਕਰਾ ਦੇਈਂ, ਸਾਰੀ ਨੱਠ ਭੱਜ ਤੂੰ ਹੀ ਕਰਨੀ ਹੈ। ਵੱਡੀ ਭਰਜਾਈ ਜੂ ਹਾਂ, ਦਰਾਣੀ ਆਉਣੀ ਨਵੀਂ। ਕੋਈ ਗੱਲ ਨਹੀਂ ਮਾਂ, ਇਹ ਤੋਂ ਪਹਿਲਾਂ ਕਿ ਤੂੰ ਕੁਛ ਕਰੇ ਮੈਂ ਆਪਣੀ ਮਾਂ ਨੂੰ ਫੋਨ ਕਰਦੀ ਹਾਂ। ਹੈਲੋ। ਬੜੀ ਲੰਮੀ ਉਮਰ ਹੈ ਤੇਰੀ, ਮੈਂ ਤਾਂ ਤੇਰੇ ਫੋਨ ਡਿੱਕੀ ਜਾਂਦੀ ਸੀ। ਮੇਰੇ ਫੋਨ ਨੂੰ ਡਿੱਕਣਾ ਡੁੱਕਣਾ ਛੱਡ ਮਾਂ, ਪਹਿਲਾਂ ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਜਿੱਥੇ ਤੂੰ ਜਸ ਵਾਸਤੇ ਕੁੜੀ ਦੇਖਣ ਗਈ ਸੀ ਉੱਥੇ ਗੱਲ ਬਣੀ ਕਿ ਨਾ? ਪੁੱਤ, ਗੱਲ ਤਾਂ ਨਹੀਂ ਬਣੀ, ਪਰ ਕੁੜੀ ਵਾਲੇ ਕਹਿੰਦੇ ਵੀ ਪਹਿਲਾਂ ਘਰ ਬਾਰ ਦੇਖ ਕੇ ਫਿਰ ਹਾਂ ਨਾ ਕਰਾਂਗੇ। ਮਾਂ, ਮੇਰੀ ਗੱਲ ਸੁਣਨਾ ਧਿਆਨ ਨਾਲ, ਉਹਨਾਂ ਨੂੰ ਨਾ ਭਾਵੇਂ ਕਿੰਨਾ ਵੱਡਾ ਵੀ ਲਾਲਚ ਦੇਣਾ ਪੈ ਜੇ, ਸਮਝ ਆਈ ਤੈਨੂੰ? ਪਰ ਕੁੜੀ ਉਹੀ ਲੈ ਕੇ ਆਉਣੀ ਆ, ਕਿਉਂਕਿ ਤੈਨੂੰ ਐਂ ਵੀ ਪਤਾ ਇਸ ਘਰ ਦੇ ਵਿੱਚ ਨਾ ਮੇਰੇ ਅਤੇ ਮੇਰੇ ਘਰ ਵਾਲੇ ਨਾਲ ਮਾਂ ਨੇ ਐਡੀ ਵੱਡੀ ਚਾਲ ਖੇਡੀ ਆ ਨਾ ਵੀ ਤੈਨੂੰ ਮੈਂ ਦੱਸ ਵੀ ਨਹੀਂ ਸਕਦੀ। ਮਾਂ, ਕੁੜੀ ਵਾਲਿਆਂ ਨੂੰ ਨਾ ਭਾਵੇਂ ਕਿੱਡਾ ਵੱਡਾ ਵੀ ਲਾਲਚ ਦੇਣਾ ਪਵੇ, ਸਮਝ ਆ ਗਈ ਤੈਨੂੰ? ਕੁੜੀ ਉਹੀ ਲੈ ਕੇ ਆਉਣੀ ਇਸ ਘਰ ਦੇ ਵਿੱਚ, ਕਿਉਂਕਿ ਮੇਰੀ ਸੱਸ ਨੇ ਨਾ ਮੇਰੇ ਨਾਲ ਅਤੇ ਮੇਰੇ ਘਰ ਵਾਲੇ ਨਾਲ ਐਡੀ ਵੱਡੀ ਚਾਲ ਖੇਡੀ ਆ ਨਾ ਕਿ ਤੈਨੂੰ ਕਿਵੇਂ ਦੱਸਾਂ। ਉਹਨੇ ਜਸ ਦਾ ਰਿਸ਼ਤਾ ਕਿਤੇ ਹੋਰ ਕਰਤਾ ਆ। ਜਸ ਦਾ ਰਿਸ਼ਤਾ ਪੱਕਾ ਹੋ ਗਿਆ, ਫਿਰ ਤੈਂ ਕੁੜੀ ਵਾਲੇ ਤੋਂ ਹਾਂ ਕਰਾ ਕੇ ਕੀ ਲੈਣਾ? ਨਾਲੇ ਤੇਰੀ ਸੱਸ ਨੇ ਕਿਹੜੀ ਚਾਲ ਚੱਲੀ ਹੈ? ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਵੀ ਤੈਂ ਆਪਣੀਆਂ ਨਜ਼ਰਾਂ ਦੇ ਸਾਹਮਣੇ ਜਸ ਦਾ ਰਿਸ਼ਤਾ ਹੁਣ ਕਿਵੇਂ ਦੇਤਾ। ਹਾਂ, ਇਸੇ ਗੱਲ ਦਾ ਤਾਂ ਰੋਣਾ ਆ, ਅਸੀਂ ਤਾਂ ਦੋਵੇਂ ਜਾਣੇ ਘਰੇ ਹੈ ਹੀ ਨਹੀਂ ਸੀ, ਅਸੀਂ ਤਾਂ ਫਿਲਮ ਦੇਖਣ ਗਏ ਸੀ। ਜਦੋਂ ਮੈਂ ਘਰੇ ਆਈ ਮੈਨੂੰ ਤਾਂ ਉਦੋਂ ਪਤਾ ਲੱਗਿਆ ਵੀ ਇਹਨੇ ਕੁੜੀ ਵਾਲਿਆਂ ਨੂੰ ਸੱਦ ਕੇ ਜਸ ਦਾ ਰਿਸ਼ਤਾ ਵੀ ਪੱਕਾ ਕਰਤਾ, ਸ਼ਗਨ ਪਵਾਤਾ ਉਹਨੂੰ। ਨਾ, ਇਹ ਕੀ ਗੱਲ ਬਣੀ, ਵੱਡੇ ਨੂੰ ਖੁਦ ਤੋਂ ਬਿਨੇ ਜਸ ਦਾ ਸ਼ਗਨ ਕਰਤਾ, ਫਿਰ ਇਸ ਗੱਲ 'ਤੇ ਤਾਂ ਵੱਡਾ ਕਲੇਸ਼ ਬਣਦਾ ਸੀ, ਤੈਂ ਕਲੇਸ਼ ਕੀਤਾ ਕਿ ਨਾ? ਮਾਂ, ਮੈਂ ਤਾਂ ਜਿੰਨਾ ਜ਼ੋਰ ਲਾਉਣਾ ਸੀ ਲਾ ਲਿਆ, ਹੁਣ ਤੂੰ ਆਪ ਸੋਚ, ਹੁਣ ਵੇਲਾ ਤਾਂ ਨਹੀਂ ਹੱਥ ਆ ਸਕਦਾ। ਹੁਣ ਤਾਂ ਬਸ ਇੰਨਾ ਕਰ ਸਕਦੇ ਹਾਂ ਵੀ ਕੁੜੀ ਵਾਲਿਆਂ ਤੋਂ ਆਪ ਨਾ ਕਰਾਉਣੀ ਆ ਆਪਾਂ ਇਸ ਰਿਸ਼ਤੇ ਨੂੰ। ਪਰ ਤੈਨੂੰ ਸੱਚੀ ਦੱਸਾਂ, ਮੈਨੂੰ ਨਹੀਂ ਲੱਗਦਾ ਵੀ ਇਸ ਰਿਸ਼ਤੇ ਨੂੰ ਨਾ ਕਰਨਗੇ। ਨਾ ਕਰਨ ਦਾ ਕੋਈ ਕਾਰਨ ਵੀ ਤਾਂ ਹੋਣਾ ਚਾਹੀਦਾ ਹੈ, ਅਗਲਾ ਕੋਈ ਵਜ੍ਹਾ ਪੁੱਛੂਗਾ, ਕਿੱਥੋਂ ਲੈ ਕੇ ਆਵਾਂਗੇ ਕੋਈ ਵਜ੍ਹਾ ਇਹੋ ਜੀ? ਨਾ ਮਾਂ, ਆਹ ਸਕੀਮ ਫਿਰ ਮੇਰੇ ਦਿਮਾਗ 'ਚ ਕਿਉਂ ਨਾ ਆਈ? ਉਹ ਇਸ ਕਰਕੇ ਜਦੋਂ ਬੰਦਾ ਫਿਕਰ 'ਚ ਹੁੰਦਾ ਨਾ ਤਾਂ ਉਹਦਾ ਦਿਮਾਗ ਨਹੀਂ ਕੰਮ ਕਰਦਾ। ਤੇਰਾ ਵੀ ਤਾਂ ਇਹੀ ਹਾਲ ਹੈ, ਲੋੜ ਵੇਲੇ ਤੇਰਾ ਵੀ ਦਿਮਾਗ ਨਹੀਂ ਕੰਮ ਕਰਦਾ। ਚੱਲ ਮਾਂ, ਲੋੜ ਪੈਣ 'ਤੇ ਮੇਰਾ ਨਾ ਸਹੀ, ਤੇਰਾ ਦਿਮਾਗ ਤਾਂ ਚੱਲਿਆ ਨਾ। ਬਸ ਤੂੰ ਕੁੜੀ ਵਾਲਿਆਂ ਨੂੰ ਕਹਿ ਦੇ ਵੀ ਮੁੰਡੇ ਦੀ ਨਾ ਜਿੱਥੇ ਮਰਜ਼ੀ ਪੁੱਛ ਪੜਤਾਲ ਕਰ ਲੈਣ, ਪਰ ਰਿਸ਼ਤਾ ਸਾਡੇ ਮੁੰਡੇ ਨੂੰ ਹੀ ਕਰਨ। ਕੋਈ ਨਹੀਂ,
ਜਿਹੋ ਜਿਹੀ ਦਰਾਣੀ ਕਹੇਗੀ ਨਾ ਤੈਨੂੰ ਉਹੋ ਜਿਹੀ ਲਿਆ ਕੇ ਦਿਓ। ਬਸ ਇੱਕ ਵਾਰੀ ਇਹ ਜੱਸ ਦਾ ਰਿਸ਼ਤਾ ਤੜਾ। ਚੱਲ ਚੰਗਾ ਮਾਂ, ਕਰਦੀ ਹਾਂ ਮੈਂ ਤੇਰੀ ਗੱਲਾਂ 'ਤੇ ਗੌਰ, ਠੀਕ ਹੈ? ਓਕੇ ਬਾਏ, ਫਿਰ ਕਰਾਂਗੀ। ਚੱਲ ਚੰਗਾ ਜੀ। ਤੂੰ ਥੱਕ ਜਾਂਦੀ ਹਾਂ ਇਕੱਲੀ ਕੰਮ ਕਰਦੀ, ਆ ਸਾਰਾ ਕਸੂਰ ਨਾ ਮਾਂ ਦਾ ਹੀ ਆ। ਫਿਰ ਵੀ ਇਹ ਮੰਨਦੀ ਨਹੀਂ ਹੈਗੀ ਵੀ ਜੇ ਆਪਦੇ ਮੁੰਡੇ ਨੂੰ ਸ਼ੁਰੂ ਤੋਂ ਹੀ ਕੰਮ ਧੰਦੇ ਲਾਇਆ ਹੁੰਦਾ ਤਾਂ ਜਾਂ ਨੌਬਤ ਨਾ ਆਉਂਦੀ। ਹਾਏ ਮੇਰੇ ਰੱਬਾ, ਜਿਨ੍ਹਾਂ ਦਾ ਕੋਈ ਵੀ ਨਹੀਂ ਨਾ ਹੁੰਦਾ ਉਹਨਾਂ ਹੀ ਧੀਆਂ ਨੂੰ ਤੂੰ ਕਿਉਂ ਦੁੱਖ ਦਿਖਾਉਂਦਾ ਹੁੰਦਾ? ਜੇ ਅੱਜ ਮੇਰੇ ਵੀ ਮਾਂ ਪਿਓ ਜਾਂਦੇ ਹੁੰਦੇ ਨਾ ਤਾਂ ਮੈਨੂੰ ਵੀ ਆਹ ਕੁਛ ਦੇਖਣ ਦੀ ਲੋੜ ਹੀ ਨਹੀਂ ਸੀ। ਮੈਂ ਵੀ ਕਦੋਂ ਦੀ ਤੁਰ ਗਈ ਹੁੰਦੀ ਆਪਦੇ ਪੇਕਿਆਂ ਨੂੰ ਮੂੰਹ ਚੱਕ ਕੇ, ਪਰ ਜਦੋਂ ਕੋਈ ਹੈ ਹੀ ਨਹੀਂ ਜਾਊਂਗੀ ਕਿਹਦੇ ਕੋਲ, ਹੁਣ ਤਾਂ ਇੱਥੇ ਹੀ ਵਸਣਾ ਪੈਣਾ। ਬੇਤਾਰੀ, ਆ ਤੇਰੇ ਮੂਹਰੇ ਮੈਂ ਹੱਥ ਬੰਨਦੀ ਹਾਂ ਵੀਰਾ, ਤੂੰ ਤਾਂ ਘਰੋਂ ਨਿਕਲ ਜਾਣਾ, ਮੈਨੂੰ ਤਾਂ ਇਹਦੀਆਂ ਸੌ ਸੌ ਸੁਣਨੀਆਂ ਪੈਂਦੀਆਂ। ਕੰਜਰਾ, ਜੇ ਕਿਤੇ ਕੋਈ ਕੰਮ ਧੰਦਾ ਕਰਦਾ ਹੋਵੇ ਕਾਹਨੂੰ ਮੈਨੂੰ ਇਹਦੀਆਂ ਗੱਲਾਂ ਸੁਣਨੀਆਂ ਪਵੇ? ਇਹਦਾ ਮੂੰਹ ਤਾਂ ਬੰਦ ਹੋ ਜੇ। ਕੀ ਕਹਿੰਦੀ ਹੈ? ਹਾਂ ਹਾਲੇ ਆਪ ਕੀ ਕਹਿੰਦੀ ਹੈ? ਕਿਉਂ ਮੈਂ ਉੱਤੋਂ ਖੜ ਜਾ ਸੱਚਾ, ਉਹ ਮੇਰਾ ਹਲਕਣਾ ਲੈ ਮਿਸਤਰੀ ਜਾ ਹੈ, ਜੇ ਕਿਤੇ ਨਾ ਆਈ ਟੀ ਆਈ ਚੋਂ ਹਟਦਾ ਮੈਂ ਪੱਖੇ ਬੰਨਣੇ ਨੇ ਸਿੱਖ ਲੈਂਦਾ। ਲੋਕਾਂ ਦੇ ਘਰ ਘਰ ਜਾ ਕੇ ਦੱਸਦਾ ਵੀ ਸੋਡੇ ਵਾਲੇ ਦੇ ਚੱਕਰ ਡਾਉਣ ਨੇ, ਇਹਦੇ ਸੈੱਲ ਪਾਓ। ਉਹ ਦੁਕਾਨ ਤੇ ਧਰਿਆ ਹੋਇਆ ਵੀ ਸਮਾਰਦਾ ਲੈ। ਮਾੜੀ ਮੋਟੀ ਸ਼ਰਮ ਮੰਨ ਲਿਆ ਕਰ, ਕੋਈ ਚਾਰ ਪੈਸੇ ਕਮਾਈ ਦੀ ਗੱਲ ਕਰਦੀ ਆ ਮੈਂ, ਵੀ ਕੋਈ ਉਹ ਕੰਮ ਕੀਤਾ ਕਰ ਲਾ। ਕਿਉਂ ਮਗਜ ਖਾਨੇ ਹੁੰਨੇ ਹੋ? ਹੁਣ ਤੈਨੂੰ ਕਹਿ ਕੇ ਨਹੀਂ ਗਿਆ? ਬਾਰ ਬਾਰ ਕਾਹਤੋਂ ਗੱਲ ਦੱਸਣੀ ਪੈਂਦੀ ਆ ਵੀ ਭਾਈ ਮੇਥੋਂ ਨਹੀਂ ਹੁੰਦੀਆਂ ਕਮਾਈਆਂ? ਤਾਰੀ, ਤੈਨੂੰ ਤਾਂ ਜ਼ਿੰਮੇਵਾਰੀ ਦਾ ਜਮਾ ਹੀ ਨਹੀਂ ਪਤਾ ਯਾਰ। ਕਿਉਂ, ਕੀ ਕਰਨਾ ਜ਼ਿੰਮੇਦਾਰੀ ਤੋਂ? ਜਿੱਦਣ ਮੇਰਾ ਸੱਟਾ ਲੱਗ ਗਿਆ ਨਾ, ਮੇਰਾ ਤਾਂ ਘਾਟਾ ਵਾਧਾ ਪੂਰਾ ਹੋ ਜਾਂਦਾ, ਉਹੀ ਖੱਬੀ ਚੱਲੋ ਲੋਕਾਂ ਵਾਂਗੂ। ਕੀ ਰੱਖਿਆ, ਪੈਸਾ ਨਾਲ ਜਾਊ? ਇਹ ਨਹੀਂ ਕੰਜਰ ਕਿਸੇ ਦੀ ਸੁਣਦਾ, ਇਹਨੂੰ ਨਹੀਂ ਕੋਈ ਚੜੀ ਲੱਥੀ ਦੀ, ਆ ਸੱਟੇ ਹੀ ਤੈਨੂੰ ਮਾਰਨਗੇ। ਜਿੱਦੇ ਮਰਿਆ ਨਾ ਤੂੰ, ਇਹ ਇਹਨਾਂ ਕੰਜਰਾਂ ਗੱਲਾਂ 'ਚ ਉਲਝ ਕੇ ਮਰੇਗਾ ਕੰਜਰਾ। ਚੰਗਾ, ਹਾਂ ਤੂੰ ਪਾਣੀ ਲਿਆ ਕੇ ਦੇ, ਇੱਕ ਗਲਾਸ ਪਾਣੀ ਦਾ ਦਿਆ। ਤੜਕੇ ਦਾ ਮੰਗੀ ਜਾਂਦਾ, ਹੁਣ ਤਾਂ ਪੱਖਾ ਵੀ ਧਰਿਆ, ਦੇਖ ਇੱਕ ਕੰਮ ਤਾਂ ਕਰਤਾ। ਜਾ ਲਿਆ ਦੇ ਕੁੜੇ, ਤੂੰ ਵੀ ਆਉਂਦੇ ਨੂੰ ਲੱਗ ਜਾਂਦੇ ਬੋਲਣ, ਪਾਣੀ ਦੀ ਘੁੱਟ ਦੇ ਦਿਆ ਕਰ ਇਹਨੂੰ। ਜਦੋਂ ਦੇਖ ਲਾ ਇਹਨਾਂ ਦਾ ਮੂੰਹ ਬਣਿਆ ਹੁੰਦਾ, ਤੜਕੀ ਵਗ ਜਾ ਤਾਂ ਮੂੰਹ ਬਣਿਆ, ਕੱਖ ਬਾਹਰੋਂ ਆ ਜਾ ਤਾਂ ਮੂੰਹ ਬਣਿਆ। ਚੱਲ ਬੋਲੀ ਨਾ ਉਹ ਆ ਗਈ, ਮੈਂ ਕੀ ਬੋਲਣਾ ਹੈਗਾ, ਮੈਂ ਤਾਂ ਉਹਨਾਂ ਦੇ ਜਾ ਕੇ ਆਈ ਆ ਪਹਿਲਾਂ ਕੁੜੀ ਵਾਲਿਆਂ ਦੇ। ਕਿਉਂ ਚੁੱਪ ਚੁੱਪ ਜੀ ਬੈਠੀ ਹੈ? ਜਾਂ ਤਾਂ ਬੋਲ ਪਿਆ ਕਰ, ਜਦੋਂ ਮੈਂ ਵਗ ਜਾਂਦਾ ਉਦੋਂ ਤਾਂ ਮਾਂ ਨੂੰ ਸੁਣਾਈਆਂ ਕਰਦੇ, ਮੇਰੇ ਸਾਹਮਣੇ ਵੀ ਬੋਲ ਪੈ। ਤੁਸੀਂ ਦੋਨਾਂ ਮਾਂ ਪੁੱਤਾਂ ਨੇ ਮੈਨੂੰ ਚੁੱਪ ਕਰਾ ਤਾਂ ਰੱਖਿਆ, ਮੈਂ ਕੀ ਬੋਲਾਂ ਹੁਣ? ਮੈਂ ਤਾਂ ਸਿਰਫ ਰੋਣ ਜੋਗੀ ਆਪਦੀ ਕਿਸਮਤ ਨੂੰ ਰੋਈ ਜਾਂਦੀ ਰਹਿੰਦੀ ਹਾਂ ਦਿਨ ਭਰ ਰਾਤ ਬੈਠੀ ਇੱਥੇ। ਲੈ ਤੇਰਾ ਵੀ ਫਿਰ ਸਰੇ ਪਿਆ, ਤੂੰ ਐਵੇਂ ਕਾਹਦੇ ਵਾਸਤੇ ਰੋਈ ਜਾਂਦੇ? ਤੈਨੂੰ ਘਰੇ ਕਿਸੇ ਚੀਜ਼ ਦੀ ਤੋੜ ਰਹਿੰਦੀ ਹੈ? ਸੌਦਾ ਪੱਤਾ ਮੈਂ ਤੈਨੂੰ ਕਦੇ ਮੁੱਕਣ ਦਿੱਤਾ ਹੈਗਾ? ਨਾਲੇ ਮਾਂ ਮੈਨੂੰ ਸੁਭਾਅ ਪੈ ਗਿਆ ਦੀ ਕਿਚ 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 ਸੁਣਦਾ, ਆਈ ਆਈ ਸਾਰਾ ਦਿਨ ਮੇਰੇ ਦਾ ਦਿਮਾਗ ਆਈ ਹੋ ਰਿਹਾ ਹੋਣਾ। ਬੋਲੀ ਚੱਲਿਆ ਕਰ ਭਾਈ। ਨਾ ਤਾਰੀ, ਤੈਨੂੰ ਆਪ ਨੂੰ ਨਹੀਂ ਸਮਝ ਆਉਂਦੀ ਗੀ ਵੀ ਜਦੋਂ ਬੰਦਾ ਵਿਆਹ ਵਰਿਆ ਜਾਂਦਾ ਉਹਨੂੰ ਘਰ ਦੀਆਂ ਵੀ ਸੌ ਕਬੀਲਦਾਰੀਆਂ ਹੁੰਦੀਆਂ? ਆ ਬੈਠੀ ਆ ਪੁੱਛ ਲੈ, ਇੱਕ ਵਾਰ ਵੀ ਕਿਹਾ ਹੋਵੇ ਵਿਆਹ ਕਰਾਉਣ ਨੂੰ, ਮੈਂ ਬਥੇਰਾ ਕਿਹਾ ਵੀ ਭਾਈ ਮੈਂ ਵਿਆਹ ਨਹੀਂ ਕਰਾਉਂਦਾ। ਨਾ ਹੋਰ ਮੈਂ ਤੈਨੂੰ ਕੁਮਾਰਾ ਰੱਖ ਲੈਂਦੀ ਕੁਮਾਰੇ ਨੂੰ? ਹਾਂ ਕੁੜੀਆਂ ਕੁੜੀਆਂ ਨਾਲ ਹੀ ਹੋਰ, ਉਦੋਂ ਪਤਾ ਲੱਗਦਾ ਤੈਨੂੰ ਜਦੋਂ ਉੱਥੇ ਗਲੀਆਂ 'ਚ ਰੁਲਦਾ ਫਿਰਦਾ ਹੁੰਦਾ, ਹੁਣ ਤੈਨੂੰ ਗੱਲਾਂ ਆਉਂਦੀਆਂ, ਹੁਣ ਵਿਆਹ ਹੈਗਾ ਨਾ। ਹਾਂ ਜਿਵੇਂ ਭਲੂੰਗੜੇ 'ਚ ਪਾ ਕੇ ਲਿਆਉਂਦੀ ਇਹ। ਹਾਂ ਫਿਰ ਕਿਸੇ ਕੰਮ ਕਿਤੇ ਲੱਗ ਜਾ। ਦੇਖ ਲਓ ਅਗਲਿਆਂ ਦੀ ਕੁੜੀ ਸਿੱਧਰੀ ਹੈ,
ਤਾਂ ਵੀ ਉਹ ਇੰਨੀ ਪੁੱਛ ਪੜਤਾਲ ਕਰੀ ਜਾਂਦੇ ਆ ਵੀ ਇਸ ਤਾਂ ਮੁੰਡੇ ਵਾਲਿਆਂ ਦਾ ਪਹਿਲਾਂ ਘਰ ਬਾਹਰ ਦੇਖਾਂਗੇ ਭਾਈ ਫੇਰ ਵਿਆਹ ਕਰਾਂਗੇ। ਜੇ ਮੇਰਾ ਵੀ ਕੋਈ ਹੁੰਦਾ ਆਈ ਉਹ ਵੀ ਪੁੱਛ ਪੜਤਾਲ ਕਰਦੇ ਫੇਰ ਵਿਆਹ ਕੇ ਤੋਰ ਦੇ ਮੈਨੂੰ। ਮੈਂ ਤਾਂ ਆਪ ਆਈ ਕਹਿਣਾ ਵੀ ਲੈ ਉਹ ਹੈ ਮਾਂ ਨਾਲੇ ਸਿਧਰੀ ਆ ਫਿਰ ਵੀ ਕਿੰਨਾ ਪਤਾ ਕਰਦੇ ਨੇ ਹੈ। ਫਿਰ ਹੁਣ ਅਗਲੇ ਨੇ ਭਾਈ ਪਤਾ ਤਾਂ ਕਰਨਾ ਹੀ ਆ ਤੈਨੂੰ, ਤੂੰ ਦੇਖ ਲੈ ਵੀ ਦਿਲ ਨਾਲੇ ਕੁੜੀ ਸਿਧਰੀ ਹੈ ਤਾਂ ਵੀ ਅਗਲਾ 10 ਪੌੜੀਆਂ ਚੜਦਾ ਹੈਗਾ। ਨਾ ਰਿਸ਼ਤੇ ਬਣਿਆ ਕੀ ਉਹਦਾ, ਬਣਨਾ ਕੀ ਉਹ ਤਾਂ ਕਹਿੰਦੇ ਅਸੀਂ ਮੁੰਡੇ ਦਾ ਘਰ ਬਾਰ ਦੇਖਾਂਗੇ, ਮੁੰਡੇ ਨੂੰ ਦੇਖਾਂਗੇ, ਫਿਰ ਪਹਿਲਾਂ ਪੂਰੀ ਪੜਤਾਲ ਕਰਾਂਗੇ ਪਿੰਡ 'ਚੋਂ, ਫਿਰ ਕੋਈ ਜਵਾਲ ਸਵਾਲ ਕਰਾਂਗੇ। ਤੂੰ ਗੱਲਾਂ ਦੀਆਂ ਗੱਲਾਂ ਚਾਹੇ ਕੁਛ ਆ, ਹੁਣ ਰਿਸ਼ਤੇ ਮੁਸ਼ਕਲ ਆ ਵਾ ਉੱਤੇ ਆ ਪਿਆ ਰਿਸ਼ਤਿਆਂ ਵਾਲਾ ਕੰਮ ਕਣੀ ਉਹ ਕੰਮ ਦੇਖਦੇ। ਮੈਂ ਉਹੀ ਤਾਂ ਹੈ, ਆ ਕੁਛ ਕਤਨ ਪੁੱਤੇ ਦੇ ਨਸ਼ਿਆਂ 'ਚ ਪਏ ਗਏ, ਨਹੀਂ ਕੁਛ ਬਾਹਰ ਤੁਰ ਜਾਂਦੇ ਹੈਗੇ, ਇੱਥੇ ਮੁੰਡੇ ਰਹਿ ਕਿਹੜੇ ਗਏ। ਨਸ਼ੇ ਵਾਲਾ ਕੰਮ ਤਾਂ ਮਾੜਾ, ਨਸ਼ਾ ਬੰਦਾ ਚੱਲ ਮੈਨੂੰ ਤਾਂ ਜਿਹੜਾ ਮਾੜਾ ਕੋੜ ਲੱਗ ਗਿਆ ਲੱਗ ਗਿਆ, ਪੰਜਾਬ ਦੀ ਕਿਸਮਤ ਮਾੜੀ ਹੈ, ਜਿਹੜੇ ਸਾਰੇ ਨੌਜਵਾਨ ਮੁੰਡੇ ਤਾਂ ਬਾਹਰ ਤੁਰੇ ਜਾਂਦੇ ਆ, ਇੱਥੇ ਇਕੱਲੇ ਬੁੜੇ ਬੁੜੇ ਰਹਿ ਜਾਣਗੇ। ਮੈਨੂੰ ਤਾਂ ਆਏ ਨਹੀਂ ਸਮਝ ਆਉਂਦੀ ਵੀ ਉੱਥੇ 25-30 ਲੱਖ ਰੁਪਇਆ ਜਾ ਕੇ ਕਿਹੜਾ ਉੱਥੇ ਅਫਸਰ ਲੱਗ ਜਾਂਦੇ ਆ, ਉੱਥੇ ਵੀ ਤਾਂ ਹੋਟਲਾਂ 'ਚ ਭਾਂਡੇ ਹੀ ਮਾਂਜਦੇ ਹੈ, ਸਿਰਫ ਆਪਣੇ ਮਾਂ ਪਿਓ ਨੂੰ ਨਾ ਕਰਜ਼ਾਈ ਕਰਨ ਤੇ ਤੁਲੇ ਹੋਏ ਆ ਲੋਕ। ਮੈਂ ਤਾਂ ਕਹਿੰਦੀ ਇੱਧਰ ਰਹਿ ਕੇ ਜ਼ਮੀਨਾਂ ਸਾਂਭ ਲੈਣ, ਨਾਲੇ ਵਧੀਆ ਵਧੀਆ ਰਿਸ਼ਤੇ ਹੋਣ ਕੁੜੀਆਂ ਨੂੰ, ਗਰੀਬ ਘਰਾਂ ਦੀਆਂ ਕੁੜੀਆਂ ਜ਼ਮੀਨਾਂ ਤਾਂ ਭਈਏ ਸਾਂਭਣਗੇ ਇੱਥੇ, ਗਰੀਬ ਘਰ ਦੀਆਂ ਕੁੜੀਆਂ ਜੇ ਜੱਟ ਜ਼ਮੀਂਦਾਰ ਵਿਆਹ ਕੇ ਲੈ ਜਾ ਕਰਨ, ਕੀ ਕੱਸਦਾ ਕੀ ਘਟਦਾ ਉਹਨਾਂ ਦਾ, ਨਾਲੇ ਕੁੜੀਆਂ ਸੌਖੀਆਂ ਹੋ ਜਾਣ। ਹੁਣ ਜਿਹੜੇ ਚੰਗੇ ਭਲੇ ਹੈਗੇ ਉਹ ਸਾਰੇ ਬਾਹਰ ਜਾ ਵੜੇ, ਆ ਜਿਹੜੇ ਨਛੇੜੀ ਆ ਇੱਧਰ ਪੱਲੇ ਪੈ ਗਏ, ਹੁਣ ਹੁਣ ਇਹ ਨਛੇੜੀ ਲੁੱਟਾਂ ਖੋਹਾਂ ਕਰਨਗੇ। ਮੈਂ ਤਾਂ ਮੰਨ ਗਿਆ ਵੀ ਭਾਈ ਲੱਗ ਗਿਆ ਮਾੜਾ ਕੁੜ, ਮੈਂ ਦੇਖ ਲਾ ਮੈਂ ਮੇਰੇ ਕਨੀ ਹੱਥ ਕਰਕੇ ਕਹੀ ਜਾਂਦੀ ਆ ਵੀ ਜਿਹੜੇ ਨਛੇੜੀ ਲੈ। ਵੇ ਤੂੰ ਇਹਨਾਂ ਨੂੰ ਕੀ ਦੇਖਦਾ ਸੀ, ਇਹ ਤਾਂ ਇਹ ਕਦੋਂ ਲਿਆਂਦੇ ਨਹੀਂ ਤਾਂ ਲੈ। ਅੱਜ ਮੇਰੀ ਧੀ ਉਰੇ ਕਿਵੇਂ ਬਹਿ ਗਈ ਗੁੰਮਸੁੰਮ ਜੀ ਹੋ ਕੇ, ਨਾ ਤੂੰ ਮੇਰੇ ਕੋਲ ਨਹੀਂ ਆਈ ਹੈਗੀ ਅੱਜ। ਮੰਮੀ ਮੈਂ ਤਾਂ ਐਂ ਸੋਚਦੀ ਸੀ ਵੀ ਨਾ ਜਦੋਂ ਕਿਸੇ ਨਾਲ ਨਵਾਂ ਰਿਸ਼ਤਾ ਜੁੜਦਾ ਤਾਂ ਆਪਦਾ ਘਰ ਹੀ ਬਗਾਨਾ ਲੱਗਣ ਲੱਗ ਜਾਂਦਾ। ਲੈ ਹੈ ਕਮਲੀ ਪੁੱਤ, ਧੀਆਂ ਤਾਂ ਹੁੰਦੀਆਂ ਹੀ ਵਿਆਹੁਣ ਵਾਸਤੇ ਨੇ, ਨਾਲੇ ਤੈਨੂੰ ਪਤਾ ਹੈ ਉਹ ਪਰਮਾਤਮਾ ਇੰਨੀ ਕੁ ਹਿੰਮਤ ਦਿੰਦਾ। ਮੰਮੀ ਮੇਰਾ ਨਾ ਜਮਾਂ ਜੀ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ, ਤੁਸੀਂ ਕੀ ਕਰੋਗੇ ਮੇਰੇ ਬਿਨਾਂ। ਓਹੋ ਜਸਨ ਕਮਲੀਆਂ ਕਿਉਂ ਮਾਰਦੀ ਹੁੰਦੀ ਆ ਪੁੱਤ, ਨਾਲੇ ਪਰਮਾਤਮਾ ਨੇ ਇੰਨੀ ਕੁ ਹਿੰਮਤ ਹਰੇਕ ਧੀ ਦੇ ਮਾਂ ਪਿਓ ਨੂੰ ਦਿੱਤੀ ਹੈ ਵੀ ਉਹ ਆਪਦੇ ਜਿਗਰ ਦੇ ਟੁਕੜੇ ਨੂੰ ਕਿਸੇ ਦੂਜੇ ਦੇ ਹੱਥ 'ਚ ਸੌਂਪ ਸਕਣ। ਮੰਮੀ ਤੁਹਾਨੂੰ ਪਤਾ ਮੈਂ ਇੱਥੇ ਇੰਨੇ ਸਾਲ ਕੱਢਿਆ, ਮੈਂ ਕਿਸੇ ਘਰ ਜਾ ਕੇ ਕਿਵੇਂ ਰਹਿ ਲੂੰਗੀ। ਲੈ ਦੇਖ ਲੈ ਪੁੱਤ, ਇਹ ਤਾਂ ਰੀਤ ਹੈ ਜੱਗ ਦੀ, ਫਿਰ ਉਹ ਰੀਤ ਦੇ ਮਗਰ ਤਾਂ ਆਪਾਂ ਨੂੰ ਤੁਰਨਾ ਹੀ ਪੈਂਦਾ ਨਾ। ਮੰਮੀ ਤੁਸੀਂ ਮੇਰੇ ਬਿਨਾਂ ਕਿਵੇਂ ਰਹੋਗੇ, ਪਾਪਾ ਤਾਂ ਜਾਵਾਂ ਜੀ ਨਹੀਂ ਲੱਗਣਾ। ਕੋਈ ਨਾ ਤੇਰਾ ਪਾਪਾ ਤਾਂ ਆਪੀ ਜੀ ਲਾ ਲੂਗਾ, ਨਾਲੇ ਨਾ ਐਵੇਂ ਨਾ ਇਹੀਆਂ ਹੀ ਗੱਲਾਂ ਕਰ ਕਰਕੇ ਮੈਨੂੰ ਇਹ ਰਵਾ ਕੇ ਧਰੇਂਗੀ ਤੂੰ। ਚੁੱਪ ਕਰ, ਕਿਵੇਂ ਰੋਣ ਵਾਲੀ ਹੋਈ ਬੈਠੀ ਹੈ। ਉਹਨੂੰ ਤਾਂ ਮੇਰਾ ਆਪਦਾ ਹੀ ਜੀ ਕਰੀ ਜਾਂਦਾ। ਤੂੰ ਹੁਣ ਨਾ ਰੋ, ਉਦੋਂ ਰੋ ਲਈ ਜਦੋਂ ਤੇਰੀ ਡੋਲੀ ਤੁਰੂਗੀ। ਨਹੀਂ ਉਦੋਂ ਨਹੀਂ ਮੈਂ ਰੋਣਾ, ਉਦੋਂ ਮੇਰਾ ਮੇਕਅਪ ਖਰਾਬ ਹੋ ਜੂਗਾ। ਦੇਖ ਲੈ ਚੱਲੀ ਜੀ। ਨਾਲੇ ਪੁੱਤ ਮੈਂ ਤੈਨੂੰ ਇੱਕ ਸਿੱਖਿਆ ਦਿੰਦੀ ਹਾਂ ਜੋ ਮੇਰੀ ਮਾਂ ਨੇ ਮੈਨੂੰ ਸਿੱਖਿਆ ਦਿੱਤੀ ਸੀ। ਬਗਾਨੇ ਘਰੇ ਜਾ ਕੇ ਨਾ ਕਿਸੇ ਨੂੰ ਵੀ ਪੁੱਤ ਨੂੰ ਉਹਦੇ ਮਾਂ ਪਿਓ ਤੋਂ ਅਤੇ ਭਾਈਆਂ ਭਾਈਆਂ 'ਚ ਕਦੇ ਵੀ ਫਰਕ ਨਾ ਪਵਾਈ, ਉਹਨਾਂ ਨੂੰ ਜੋੜ ਕੇ ਰੱਖੀ ਪੁੱਤ। ਮੰਮੀ ਤੁਸੀਂ ਫਿਕਰ ਨਾ ਕਰੋ, ਮੈਨੂੰ ਤਾਂ ਪਹਿਲੀ ਜੁਆਇੰਟ ਫੈਮਿਲੀਆਂ ਪਸੰਦ ਨੇ, ਅਤੇ ਨਾਲੇ ਮੈਂ ਆਪਦੀ ਸੱਸ ਨੂੰ ਮਾਮਾ ਵਾਂਗੂ ਰੱਖੂੰਗੀ, ਦਿਓਰ ਨੂੰ ਭਰਾਵਾਂ ਵਾਂਗੂ, ਅਤੇ ਆਪਦੀ ਦਰਾਣੀ ਨੂੰ ਨਾ ਭੈਣਾਂ ਵਾਂਗੂ ਰੱਖੂੰਗੀ। ਕਮਲੀਏ ਤੇਰੇ ਉਹ ਜੇਠ ਜਠਾਣੀ ਨੇ। ਅੱਛਾ ਵੱਡੇ ਨੇ। ਹਾਂ ਚੱਲ ਕੋਈ ਨਾ। ਮੰਮੀ ਰੱਬ ਕਰੇ ਨਾ ਮੈਨੂੰ ਤੁਹਾਨੂੰ ਜਿੰਨਾ ਪਿਆਰ ਕਰਨ ਵਾਲੇ ਪਰਿਵਾਰ ਮਿਲੇ। ਕੋਈ ਨਾ ਪੁੱਤ
ਪਰਮਾਤਮਾ ਇਹ ਤੇਰੀ ਖੁਆਇਸ਼ ਜ਼ਰੂਰ ਪੂਰੀ ਕਰੂ। ਉਹ ਤੁਸੀਂ ਦੋਹੇ ਜਾਣੀਆਂ ਇੱਥੇ ਬੈਠੇ ਦੁੱਖ ਸੁੱਖ ਜੇ ਕਰੀ ਜਾਓਗੀਆਂ ਕਿ ਰੋਟੀ ਟੁੱਕ ਦਾ ਵੀ ਇੰਤਜ਼ਾਮ ਕਰੋਗੀਆਂ? ਹਾਂਜੀ ਪਾਪਾ, ਅੱਜ ਮੈਂ ਤੁਹਾਡੇ ਪਸੰਦ ਦੀ ਸਬਜ਼ੀ ਬਣਾਈ ਹੈ। ਅੱਛਾ, ਅੱਜ ਕਿਵੇਂ ਪਿਓ ਦੀ ਪਸੰਦ ਦੀ ਸਬਜ਼ੀ ਬਣਾਉਣ ਨੂੰ ਦਿਲ ਕਰ ਰਿਹਾ? ਉਹ ਪਾਪਾ, ਮੈਂ ਸੋਚਿਆ ਨਾ ਜਿੰਨਾ ਚਿਰ ਵੀ ਮੈਂ ਇਸ ਘਰ 'ਚ ਨੂੰ ਆਪਣੇ ਹੱਥਾਂ ਨਾਲ ਰੋਟੀ ਪਾਣੀ ਬਣਾ ਕੇ ਖਿਲਾਇਆ ਕਰਨਾ। ਉਹ ਨਾ ਨਾ ਧੀਏ, ਸਾਨੂੰ ਇਹੋ ਜਿਹੀਆਂ ਆਦਤਾਂ ਨਾ ਪਾ, ਕਿਤੇ ਇਹ ਨਾ ਹੋਵੇ ਕਿ ਤੇਰੇ ਜਾਣ ਮਗਰੋਂ ਅਸੀਂ ਕੰਧਾਂ ਕੋਲੇ ਨਾ ਵਜ ਰੁੰਦੇ ਫਿਰੀਏ। ਪਾਪਾ ਤੁਸੀਂ ਦੇਖ ਲੈ ਜਸਨ, ਤੇਰੇ ਡੈਡੀ ਕਿੱਥੇ ਤਾਂ ਸਾਨੂੰ ਕਹਿੰਦਾ ਸੀ ਅੱਗੇ ਮਾਵਾਂ ਧੀਆਂ ਦੁੱਖ ਸੁੱਖ ਕਰੀ ਜਾਂਦੇ ਹੋ, ਇੱਥੇ ਆਪ ਹੀ ਮਨ ਭਰਿਆ ਹੈ, ਪਹਿਲਾਂ ਹੀ ਦੇਖ ਲੈ। ਨਾਲੇ ਨਾ ਮੇਰੀ ਗੱਲ ਸੁਣੋ, ਜਿੰਨਾ ਚਿਰ ਕੁੜੀ ਆਪਣੇ ਕੋਲ ਹੈ ਨਾ, ਕਿਸੇ ਨੇ ਅੱਖਾਂ ਨਹੀਂ ਭਰਨੀਆਂ ਹੈਗੀਆਂ, ਆਪਾਂ ਤਾਂ ਸੁੱਖ ਨਾਲ ਖੁਸ਼ੀ ਖੁਸ਼ੀ ਤੋਰਾਂਗੇ ਆਪਣੇ ਇਕੱਲੀ ਇਕੱਲੀ ਧੀ ਹੈ। ਤੁਸੀਂ ਆਪ ਇਹ ਜਿਹੀਆਂ ਗੱਲਾਂ ਕਰਕੇ ਮੇਰਾ ਮਨ ਖਰਾਬ ਕਰੀ ਜਾਂਦੇ ਹੋ। ਨਹੀਂ ਪੁੱਤ, ਕੁਲਦੀਪ ਸਾਹਿਬ ਘਰੇ ਹੋ ਬਾਈ? ਆ ਜਾ ਲੰਘਿਆ ਬਹਾਲ ਸਿਆ, ਘਰੇ ਹੀ ਆ, ਆ ਜਾ ਆ ਜਾ ਜਸ਼ਨ, ਪੁੱਤ ਆਪਾਂ ਕੰਮ ਧੰਦਾ ਦੇਖੀਏ ਆਪਣਾ। ਆਹੋ, ਨਾਲੇ ਉਹ ਜਸ਼ਨ ਚਾਹ ਭਜਵਾ ਦਿਓ ਜੀ। ਹੈਂ, ਹਾਂ ਆ ਜਾ ਆ ਜਾ ਆ ਜਾ। ਹੋਰ ਸੁਣਾ ਕੁਲਦੀਪ ਸਿੰਘ? ਵਧੀਆ ਵਧੀਆ, ਠੀਕ ਠਾਕ ਹੈ, ਤੂੰ ਸੁਣਾ? ਲੈ ਅੱਜ ਤਾਂ ਕਰਤੀ ਤੇਰੇ ਮਨ ਦੀ, ਠੀਕ ਹੈ? ਪੂਰੀ ਠੀਕ ਹੈ। ਦੋ ਪੈਗ ਲਾ ਕੇ ਲੱਗਦਾ ਵੀ ਪੈਰ ਧਰਤੀ ਦੇ ਨਾਲ, ਜਿਹੜਾ ਮਰਜ਼ੀ ਆ ਜਾਂਦਾ ਮੇਰੇ ਸਾਲੇ ਦੀ ਖੱਲ ਪੱਟ ਲਓ। ਉਹ ਦੇਖ ਉਹ ਖੱਲ ਤਾਂ ਪੱਟ ਦੇਗਾ, ਦੋ ਪੈਗ ਲਾ ਕੇ ਤਾਂ ਤੇਰਾ ਆਹ ਹਾਲ ਆ। ਮੇਰੇ ਸਾਲੇ ਦੀ ਐਡੀ ਸੁੱਡਲ ਜਨਾਨੀ ਹੈ ਨਾ ਉਹ, ਇੱਧਰ ਆ ਜਾ। ਵੀ ਝੂਠ ਨਹੀਂ ਖੇੜਾ ਨਹੀਂ ਵੀ ਮਾੜਾ ਮੋਟਾ ਵੀ ਬੰਦਾ ਉਹ ਕਰ ਲੈ, ਇਹਨੂੰ ਸਾਫ ਸੂਫ ਕਰ ਲੈ। ਇਸ਼ੂ, ਜਦੋਂ ਆ ਗਈ ਨਾ ਸਾਹਮਣੇ ਫਿਰ ਚੁੱਪ ਕਰ ਜਾਏਗਾ। ਤੂੰ ਸ਼ੁਕਰ ਮਨਾ ਮੈਂ ਤੇਰੇ ਨਾਲ ਸੀਗਾ। ਦੋ ਪੈਗ ਲਾ ਕੇ ਦੇਖ ਲਾ ਮਾਤਾ ਦਾ ਹਾਲ ਕੀ ਆ, ਜੇ ਕੱਲਾ ਜਾਂਦਾ ਤੁਰ ਕੇ ਵੀ ਨਹੀਂ ਘਰੇ ਆ ਸਕਦਾ ਸੀ ਇਹ। ਕਿਵੇਂ ਡੇਗਦਾ ਫਿਰਦਾ ਹੁਣ ਉਰੇ ਆ ਜਾ। ਹੈਂ, ਕਿਵੇਂ ਡੇਗਦਾ ਫਿਰਦਾ? ਕੌਣ ਡੇਗਦਾ? ਮੈਂ ਤਾਂ ਸਿੱਧਾ ਖੜਿਆ, ਨਾਲੇ ਅੱਜ ਨਹੀਂ ਜੱਟ ਕੇ ਟੁੱਟਦਾ ਓਏ, ਇਹਨੂੰ ਮਰਜ਼ੀ ਲਿਆ ਕੀ ਚੱਕਰ ਹੈ? ਮਾਂ, ਮੈਂ ਤਾਂ ਕਹਿੰਦਾ ਇਹਨੂੰ ਅੰਦਰ ਪਾ ਦਿੰਦਾ। ਉਹ ਪੀਤੀ ਤਾਂ ਮੈਂ ਵੀ ਤੇਰੇ ਨਾਲ ਹੀ ਆ, ਉਈ ਖਿੰਡਿਆ ਫਿਰਦਾ, ਪਤਾ ਨਹੀਂ ਕੀ ਗੱਲ ਹੋ ਗਈ। ਲੈ ਖਿੰਡਣ ਕੀ ਗੱਲ ਆ ਬਈ ਮਾਂ, ਡਰਦਾ ਕਿਸ ਤੋਂ? ਬੁਲਾਇਆ ਜਿਹਨੂੰ ਮਰਜ਼ੀ ਅੱਜ ਜੱਟਦੇ ਦੇ ਦੋ ਪੈਗ ਲੱਗਣੇ। ਚੁੱਪ ਓਏ ਈਸ਼ੂ, ਸ਼ਰਮ ਕਰ ਲੈ ਮਾੜੀ ਮੋਟੀ। ਆ ਜਦੋਂ ਆ ਗਈ ਨਾ ਤੇਰੀ ਰਨ ਲੱਗ ਜਾਣਾ ਤੈਨੂੰ ਪਤਾ। ਲੈ ਆ ਜਾਣਾ ਦੇ ਗੁੱਤ ਜੀ ਪੱਟ ਕੇ ਨਾ ਹੱਥੀਏ ਫੜਾ ਦੂੰ। ਸ਼ਰਮ ਕਰ ਲੈ, ਜੇ ਤੇਰੇ ਮੋਹਰੇ ਆ ਗਈ ਨਾ ਤੈਨੂੰ ਐਂ ਚਟਕੀਆਂ 'ਚ ਲੈਣ 'ਤੇ ਲੈ ਆਊਗੀ, ਫਿਰ ਡਰਦਾ ਮੈਨੂੰ ਹੁਣ ਕਹਿਣਾ ਨਹੀਂ ਚਾਹੀਦਾ। ਓਏ ਡਰਦਾ ਨਹੀਂ ਜੱਟ ਕਿਸੇ ਤੋਂ, ਅੱਜ ਤਾਂ 4 ਪੈਗ ਹੋਲ ਗਈ, ਇੱਕ ਹੋਰ ਲਿਆ ਪੈਗ ਮੈਂ ਨਾ ਦਰਾਰ 'ਚ ਹੋਈ ਉਹ ਨਹੀਂ ਲੱਗਦੀ। ਆ ਗਈ ਆ ਹੁੰਦੀ ਆ, ਕੌਣ ਬੋਲੀ? ਮੈਨੂੰ ਲੱਗਦਾ ਤੇਰਾ ਬੋਲਦਾ ਪਟੂਗੀ ਉਹ। ਲੈ ਇੰਨੀ ਡੱਫ ਕੇ ਕਾ ਤੂੰ ਐਵੇਂ ਖੜਾ ਰਹਿ? ਡੱਫ ਕੇ ਕਾ ਤੂੰ ਐ? ਪੀਵਾ ਆ ਗਏ ਬਈ, ਪੀਵਾ ਆ ਗਏ, ਮੇਰੇ ਭਾਈ ਦਾ ਵਿਆਹ ਹੈ, ਖਰਚਾ ਇੱਕ ਮਿੰਟ ਇਹ ਲੈ 20 ਰੁਪਈਆਂ ਦੀ ਚੀਜ਼ ਖਾ ਲਈ। ਆ 20 ਰੁਪਈਏ ਨਾ ਅੱਗੇ ਕੋਲ ਰੱਖ ਤੇ ਟਿੱਕੇ ਬਈਆ, ਸਮਝ ਆ ਗਈ ਤੈਨੂੰ? ਮੇਰੀ ਗੱਲ ਸੁਣ ਲੈ, ਮੇਰੇ ਭਾਈ ਤੇ ਮੇਰੀ ਮਾਂ ਦੇ ਵਿਚਾਲ ਨਹੀਂ ਬੋਲਣਾ, ਬੁੱਥੜ ਤੇ ਮਨ ਬੜਾ ਸਾਲੇ ਜੀ ਦੇ। ਹਾਂ ਸਾਲੇ ਬਾਅਦ ਤੇਰੇ ਲਾਉਗੀ ਇਹ, ਚੁੱਪ ਕਰਕੇ ਖੜ ਜਾ। ਆਪਣੇ ਨਹੀਂ ਕੋਈ ਲਾ ਸਕਦਾ ਜਿੱਸੇ, ਅੱਜ ਤਾਂ ਤੇਰੇ ਭਾਈ ਦੀ ਪੂਰੀ ਜ਼ਿੰਮੇਵਾਰੀ ਹੈ। ਸਿੱਧਾ ਖੜੀ ਲਾਦਾ, ਤੇਰੀ ਜਿਹੜੀ ਪੀਤੀ ਆ ਨਾ ਲਾਉਣੀ ਪਊਗੀ ਮੈਨੂੰ। ਲਾਉਣੀ ਪਊਗੀ, ਇੱਧਰ ਦੇਖ ਮੇਰੇ ਕੰਨੀ। ਅਸਾਂ ਹੀ ਪੀਵਾਂਗੇ ਰੋਜ਼। ਉਹ ਪਰਜਾਈ ਕਿਉਂ ਉਹ ਕਰਦੀਆਂ, ਪਤਾ ਨਹੀਂ ਦੋ ਪੈਗ ਲਾਇਆ, ਪਤਾ ਨਹੀਂ ਨਾ ਤੂੰ ਲਾ ਦੇਂਗੀ ਲੱਗੇ ਲਗਾਏ, ਕਦੇ ਪੀਣ ਵੀ ਦੇ ਦਿਆ ਕਰ ਇਹਨੂੰ ਕੁਛ। ਬੇ ਤੁਸੀਂ ਕਿਉਂ ਘਰ ਦਾ ਮਾਹੌਲ ਖਰਾਬ ਕਰਦੇ ਹੋ?
ਇਹ ਕੋਈ ਟਾਈਮ ਆ ਪੀਣ ਵਾਲਾ? ਲੈ ਆ ਦੇਖ ਲੈ, ਇਹਦਾ ਟਾਈਮ ਹੈ ਪੀਣ ਵਾਲਾ, ਆ ਦੇਖ ਲੈ। ਜਸ ਡਰਦਾ ਹੁਣ ਬੋਲਿਆ ਕੁਛ? ਪਹਿਲਾਂ ਕਹਿੰਦਾ ਸੀ ਮੈਂ ਗੁਤਨੀ ਪੱਟ ਦੂੰਗਾ, ਉਹ ਕਰ ਦੂੰ। ਵੇ ਮੇਰੀ ਗੱਲ ਸੁਣ ਇਸ਼ੂ, ਤੂੰ ਹੈਗਾ ਰੰਨ ਦਾ ਗੁਲਾਮ, ਤੀਵੀਂ ਦਾ ਚਮਚਾ, ਤੂੰ ਮੋਹਰੇ ਨਹੀਂ ਬੋਲ ਸਕਦਾ ਇਹਦੇ। ਤੈਨੂੰ ਤਾਂ ਡਰਾ ਕੇ ਰੱਖਿਆ ਪੁੱਤੇ ਨੇ, ਡਰਾ ਕੇ। ਆ ਜਸ ਇਸੇ ਕਰਕੇ ਤਾਂ ਮੈਂ ਤੇਰਾ ਰਿਸ਼ਤਾ ਨਹੀਂ ਕਰਵਾਇਆ ਇਹਦੇ ਤੋਂ। ਆ ਜਿਵੇਂ ਦੀ ਆਪ ਆ ਬਿੱਲੋ ਜਿਹੀ ਕਲੈਣੀ, ਉਵੇਂ ਦੀ ਤੈਨੂੰ ਤੀਵੀਂ ਲਿਆ ਦਿੰਦੀ, ਫਿਰ ਤੂੰ ਵੀ ਡਰਦਾ ਫਿਰਦਾ। ਅੱਜ ਤਾਂ ਬਾਰੇ ਲਾ ਕੇ ਆਇਆ ਸੀ, ਕੱਲ ਨੂੰ ਤਾਂ ਅਸੀਂ ਜਲਜੀਰੇ ਨਾਲ ਘਰੇ ਜਲਜੀਰੇ ਨਾਲ ਲਾਇਆ ਕਰਾਂਗੇ ਆਪਾਂ ਘਰੇ। ਓਏ ਚੱਲ ਕੋਈ ਦੇਖ ਲਾ, ਇਸ਼ੂ ਤੂੰ ਅੰਦਰ ਆ ਜਾ, ਤੈਨੂੰ ਪਾਵਾਂ ਮੈਂ ਅੰਦਰ? ਨਾ ਨਾ ਪੈਂਦੇ ਨਹੀਂ, ਅਸੀਂ ਤਾਂ ਉੜੀ ਦਾਵਾਂਗੇ ਮੈਂ ਇਹਨੂੰ ਅੰਦਰ ਲੈ ਜਾ। ਜਸ ਮੈਂ ਨਹੀਂ ਜਾਂਦਾ, ਇਹ ਸੁਣਦਾ ਕਿ ਨਹੀਂ ਤੈਨੂੰ? ਮੈਂ ਤਾਂ ਸੁਣਦਾ ਨਹੀਂ, ਮੈਂ ਤਾਂ ਜਾਂਦਾ ਨਹੀਂ। ਜਾਂਦਾ ਕਿ ਨਾ ਤੂੰ ਅੰਦਰ? ਇਸ਼ੂ ਮੈਂ ਮਾੜੇ ਹਾਂ ਡਰ ਲਈ, ਮੈਂ ਮਾੜੇ ਆਪਣਾ ਹੂੰ, ਮੈਂ ਤੇਰੇ ਵਾਲੀ ਡਰ ਲਈ ਆ, ਇਹਦਾ ਬੁੱਧੂ ਆਉਂਦੇ ਨੇ ਸਾਡੇ ਨੇ ਤਾਂ ਬਈ ਤੁਸੀਂ ਮੇਰੀ ਜਨਾਨੀ ਖਿਲਾਫ ਮੈਨੂੰ ਭੜਕਾਉਂਦੇ ਹੋ। ਓਏ ਲੈ ਉਹ ਹੁਣ ਤੂੰ ਫੇਰ ਉਧਰ ਹੋ ਕੇ ਖੜ ਗਿਆ ਇਸ਼ੂ। ਤੈਨੂੰ ਮੈਂ ਕਿਹਾ ਸੀ ਨਾ ਬਈ ਕਿਸੇ ਕਾਰੀ ਦਾ ਬੰਦਾ ਨਹੀਂ, ਇਹ ਤਾਂ ਆਪਣੀ ਤੀਵੀਂ ਦਾ ਚਮਚਾ ਆ, ਚਮਚਾ ਤੇਰੇ ਮਗਰ ਲੱਗਾ ਆ ਤੇ ਤੂੰ ਮੇਰੇ ਪੁੱਤ ਨੂੰ ਮਗਰ ਲਾਇਆ ਹੋਇਆ ਆ। ਮਾਂ ਮੈਂ ਤੇਰੇ ਪੁੱਤ ਨੂੰ ਆਪਣੇ ਮਗਰ ਨਹੀਂ ਲਾਇਆ ਹੋਇਆ, ਉਹ ਖੁਦ ਆਪ ਜ਼ਬਰਦਸਤੀ ਮੇਰੇ ਮਗਰ ਲੱਗਿਆ ਆ। ਨਾਲੇ ਤੈਨੂੰ ਪਤਾ ਉਹ ਮੇਰੇ ਮਗਰ ਕਿਉਂ ਲੱਗਿਆ? ਇਹਦਾ ਕਾਰਨ ਇਹ ਆ ਵੀ ਤੇਰੀ ਪਰਵਰਿਸ਼ ਚ ਕਮੀ ਆ। ਲੱਗਾਂਗੇ ਬਈ ਲੱਗਾਂਗੇ, ਮਸਾਂ ਬਹੁ ਜੁੜੀ ਐ, ਅਸੀਂ ਐ ਕਿਵੇਂ ਨਹੀਂ ਲੱਗਾਂਗੇ? ਹਾਂ ਡਰ ਲਈ ਮੈਂ ਤੇਰੇ ਨਾਲ ਹੀ ਆ, ਡਰ ਨਾ ਤੂੰ ਮੇਰੇ ਮਗਰ ਖੜਾ। ਓਏ ਇਸ਼ੂ ਤੂੰ ਜ਼ਬਾਨ ਤੇ ਖੜ ਜਾ ਕਰ ਕਿਸੇ ਵੇਲੇ, ਹੁਣ ਤਾਂ ਤੂੰ ਮੈਨੂੰ ਰਾਹ ਚ ਕਹਿੰਦਾ ਉਹਨਾਂ ਦੀ, ਅੱਜ ਤਾਂ ਮੈਂ ਗੁੱਤ ਪੱਟ ਦੂੰ ਹੁਣ। ਉਹ ਨਾਲੇ ਭਰਜਾਈ ਤੂੰ ਸੁਣ ਲਾ ਗੱਲ, ਮੇਰੀ ਮਾਂ ਨੂੰ ਨਾ ਬੋਲਿਆ ਕਰੇ, ਤੇਰੀ ਪਦੈਸ਼ ਦੀ ਗਲਤੀ ਆ ਜਾ ਹੋਰ। ਨਾ ਦਿਓਰਾ ਮੈਂ ਮੰਮੀ ਨੂੰ ਕੀ ਕਹਿਣਾ, ਨਾਲੇ ਨਾ ਹੁਣ ਤੂੰ ਮੈਨੂੰ ਭਾਬੀ ਨਾ ਕਿਹਾ ਕਰ, ਮੈਂ ਹੁਣ ਤੇਰੀ ਭਾਬੀ ਨਹੀਂ ਲੱਗਦੀ। ਭਾਬੀ ਬਸ ਮੈਂ ਤੇਰੀ ਉਦੋਂ ਤੱਕ ਸੀ ਜਦ ਤੂੰ ਮੇਰਾ ਦਿਓਰ ਸੀ, ਤੇ ਹੁਣ ਤੂੰ ਇਹ ਰਿਸ਼ਤਾ ਖਤਮ ਕਰ ਚੁੱਕਿਆ, ਤੇ ਨਾਲੇ ਨਾ ਹੁਣ ਤਾਂ ਤੂੰ ਸਕੀਰੀ ਪਾ ਲਈ ਆ। ਸਕੀਰੀਆਂ ਵਾਲੇ ਕੰਮ ਅਸੀਂ ਨਹੀਂ ਤੂੰ ਕਰਦੀ ਆ। ਆ ਜਿਹੜਾ ਘਰ ਵਿੱਚ ਆਈ ਮੇਰੇ ਪੁੱਤ ਦੀ ਖੁਸ਼ੀ ਨਹੀਂ ਜਰ ਸਕਦੀ। ਇਹਦਾ ਮਤਲਬ ਹੁਣ ਤੂੰ ਜਸ ਦੀ ਭਾਬੀ ਨਹੀਂ ਬਣਦੀ? ਚੱਲ ਕੋਈ ਨਾ ਕੋਈ ਨਾ, ਦੱਸ ਓਏ ਤੇਰੇ ਨਾਲ ਮੇਰੀ ਭਾਬੀ ਲਿਆਵਾਂਗੇ ਆਪਾਂ, ਇਹਨੂੰ ਜਾਣ ਦੇ ਕੋਈ ਨਾ। ਉਹ ਕੋਈ ਨਹੀਂ ਇਸ਼ੂ, ਨਾਲੇ ਭਾਬੀ ਜੇ ਐਡੀ ਨਿੱਕੀ ਨਿੱਕੀ ਗੱਲ 'ਤੇ ਤੂੰ ਰਿਸ਼ਤਾ ਖਤਮ ਕਰ ਦੇਂਗੀ, ਫਿਰ ਇਹ ਕੀ ਰਿਸ਼ਤਾ ਹੋਇਆ ਤੇਰਾ ਮੇਰੇ ਨਾਲ? ਨਾਲੇ ਰਹੀ ਮੇਰਾ ਰਿਸ਼ਤਾ ਕਰਾਉਣ ਦੀ ਗੱਲ, ਰਿਸ਼ਤਾ ਤਾਂ ਮੈਂ ਕਰਾਉਣਾ ਸੀਗਾ, ਫਿਰ ਕੀ ਹੋ ਗਿਆ ਜੇ ਮੰਮੀ ਦੀ ਮਰਜ਼ੀ ਨਾਲ ਕਰਾ ਲਿਆ ਮੈਂ? ਨਾ ਜੇ ਤੂੰ ਮੈਨੂੰ ਭਾਬੀ ਕਹਿਣਾ ਤਾਂ ਫਿਰ ਭਾਬੀ ਦੀ ਮੰਨ ਵੀ ਲੈਣਾ, ਜੇ ਰਿਸ਼ਤਾ ਕਰਾਉਣਾ ਹੀ ਸੀ ਤਾਂ ਮੇਰੀ ਮਰਜ਼ੀ ਨਾਲ ਕਰਾ ਲੈਂਦਾ, ਮੈਂ ਕਿਹੜਾ ਕਿਤੇ ਮਾੜੀ ਜਗ੍ਹਾ 'ਤੇ ਕਰਾਉਣਾ ਸੀ। ਚੁੱਪ ਕਰਨੀ, ਚੁੱਪ ਕਰਕੇ ਆਪਣੇ ਕਮਰੇ 'ਚ ਚੱਲ ਜਾ, ਮੇਰੇ ਤੋਂ ਹੋਰ ਨਾ ਇੱਥੇ ਮੈਡਲ ਪਵਾ ਲਈ, ਕਿਵੇਂ ਮੇਰੇ ਦੋਹਾਂ ਪੁੱਤਾਂ ਨੂੰ ਘੂਰੀਆਂ ਵੱਟੀ ਜਾਂਦੀ ਆ। ਜਸ ਪੁੱਤ ਚੱਲ ਚੱਲੀਏ, ਐਵੇਂ ਇਹਨਾਂ ਦੀ ਭਕਾਈ ਸੁਣਨੀ ਹੈ, ਚੱਲ ਆ ਜਾ। ਦੇਖ ਲਾ ਕਰਦੀ ਕੀ ਆ, ਨਾਲੇ ਤੂੰ ਮੈਨੂੰ ਐਂ ਦੱਸ ਤੂੰ ਇਹਦੀ ਖੁਸ਼ੀ ਦੇ ਵਿੱਚ ਐਂ ਸ਼ਾਮਿਲ ਹੋਇਆ ਫਿਰਦਾ ਕੀ ਗੱਲ? ਤੈਨੂੰ ਮੇਰਾ ਡਰ ਆ ਕਿ ਨਹੀਂ? ਓਹੋ ਬੇਬੀ ਡਾਰਲਿੰਗ, ਮੈਂ ਹੈਗਾ ਤਾਂ ਤੇਰੇ ਵਾਲਾ ਤਾਂ ਹੀ ਹਾਂ। ਉਹ ਕਮਲੀਏ ਮੈਂ ਤਾਂ ਇਹਨਾਂ ਦੇ ਨਾਲ ਬਹਿ ਕੇ ਇਹਨਾਂ ਦੇ ਭੇਤ ਲੈਂਦਾ ਫਿਰਦਾ। ਮੈਨੂੰ ਪਤਾ ਤੂੰ ਮੇਰੇ ਵੱਲ ਦਾ ਹੈ ਨਹੀਂ, ਨਾਲੇ ਮੈਨੂੰ ਐਂ ਦੱਸ ਕੀ ਭੇਤ ਲੈਂਦਾ ਸੀ ਤੂੰ? ਲੈ ਜਦੋਂ ਤੈਨੂੰ ਗੱਲੇ ਦੱਸਦੀ ਫਿਰ ਭੇਤ ਕਾਹਦਾ ਰਹਿ ਗਿਆ? ਵੇ ਤੂੰ ਨਾ ਚੁੱਪ ਕਰ ਜਾ, ਸਮਝ ਆ ਗਈ ਤੈਨੂੰ? ਨਾਲੇ ਜਦੋਂ ਤੇਰੀ ਪੀਤੀ ਜੀ ਲੈ ਗਈ ਨਾ ਫਿਰ ਤਾਂ ਤੈਨੂੰ ਫਿਰ ਦੱਸੂਗੀ ਪਤਾ ਮੈਂ ਚੰਗੀ ਤਰ੍ਹਾਂ। ਨਾਲੇ ਰਹਿਣ ਦੇ, ਮੈਂ ਤਾਂ ਤੇਰੇ ਨਾਲ ਰੁੱਸ ਗਿਆ। ਕਿਉਂ ਵੇ ਤੂੰ ਕਾਹਤੋਂ ਰੁੱਸ ਗਿਆ? ਕਿਉਂ ਸਾਰੇ ਜਿਨ੍ਹਾਂ ਨੂੰ ਮਰਜ਼ੀ ਪੁੱਛ ਲੈ ਸਾਰੇ ਕਹਿੰਦੇ ਨੇ ਵੀ ਇਸ਼ੂ ਤਾਂ ਜਨਾਨੀ ਦੇ ਥੱਲੇ ਲੱਗਿਆ,
ਇਹਦਾ ਜਨਾਨੀ ਦਾ ਚਮਚਾ ਹੈ, ਫਿਰ ਬੰਦਾ ਕੀ ਕਰੇ ਦੱਸੀ? ਕਿਤੇ ਤਾਂ ਮੇਰੀ ਇੱਜ਼ਤ ਰੱਖ ਲਿਆ ਕਰ, ਕਿਤੇ ਤਾਂ ਟੋਲਾ ਉੱਚਾ ਕਰ ਦਿਆ ਕਰ ਮੇਰਾ। ਮੈਂ ਤੈਨੂੰ ਹੋਰ ਨਾ ਕਿਤੇ ਮੈਡਲ ਪਾ ਦਾ, ਸਮਝ ਆ ਗਈ ਤੈਨੂੰ? ਅੰਦਰ ਵਗ ਜਾ, ਕਿਤੇ ਹੋਰ ਨਾ ਤੇਰੀ ਖੰਡਿਆਂ ਦਾ ਜਿਹੜੀ ਪੀਤੀ ਹੋਈ ਆ। ਚੱਲ ਟੰਗਾ ਪਾ ਜੂੰਗਾ, ਦੋ ਰੋਟੀਆਂ ਦਾ ਖਵਾ ਦੇ ਹੁਣ। ਰੋਟੀਆਂ ਕਿਤੇ ਹੋਰ ਨਾ, ਤੈਨੂੰ ਤੰਦੂਰੀਆਂ ਲਾ ਦਾ, ਰੋਟੀਆਂ ਕਰਦਾ ਕੀ ਆ? ਚੁੱਪ ਚਾਪ ਅੰਦਰ ਆ ਜਾ। ਮੇਰੇ ਸਾਲੇ ਦਾ ਇਹ ਵੀ ਜਾਬੇ ਹੈ, ਸੋਹਣੀ ਜਨਾਨੀ ਨਾਲ ਵਿਆਹ ਕਰਾ ਕੇ ਇਹੀ ਫਾਇਦਾ, ਇਹੀ ਫਾਇਦਾ, ਇੰਨਾ ਖਸਾਨ ਹੈ ਵੀ ਉਹਦੀਆਂ ਸੁਣਨੀਆਂ ਪੈਂਦੀਆਂ ਨੇ। ਜਨਾਨੀ ਦੇ ਚਾਹੇ ਕਾਲੀ ਇਹ ਹੋਵੇ ਗੱਲ ਕਰ, ਬੰਦੇ ਦੀ ਸੋਹਣੇ ਚੱਲੇ ਬੰਦੇ ਦੀ। ਇਹਦਾ ਮੇਰੇ ਸਾਲੇ ਦਾ ਗਲਤ ਸਟੈਪ ਚੱਕਿਆ ਗਿਆ ਇਹਦਾ, ਹੁਣ ਕੀ ਕਰੇ ਬੰਦਾ? ਹੈਂ ਹੋਏ 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 ਹੋਏ, ਉਹ ਪੱਖਾ ਪੁੱਖਾ ਛੱਡ ਲੈ, ਇਹਨਾਂ ਤੋਂ ਬੈਠੀ ਹੈ ਗਰਮੀ ਦੇਖਾ, ਕਿਤੇ ਤਾਂ ਨਹੀਂ ਖੜਦੇ ਅਸੀਂ, ਧਰ ਕੇ ਆਉਣਾ ਪੈ ਜੇ। ਹੈਂ ਚੱਲਦਾ ਨਹੀਂ ਬੋਲਦੀ, ਨਹੀਂ ਡੁੰਨ ਬੱਟਾ ਬਣੀ ਬੈਠੀ ਆ, ਕੀ ਗੱਲ ਹੋ ਗਈ? ਤੜਕੇ ਵਾਲੀ ਗੱਲ ਨੂੰ ਨਾ ਮੈਂ ਦਿਲ ਤੇ ਲਾ। ਓਏ ਮੈਨੂੰ ਨਾ ਬੁਲਾ ਤਾਰੀ, ਲੈ ਦੇਖੀ ਪੁੱਗਿਆ ਐ ਨਾ ਕਰ। ਮੈਂ ਤੈਨੂੰ ਤੈਨੂੰ ਸਿੱਧੀ ਗੱਲ ਦੱਸਾਂ, ਦਿਲ ਦੀ ਗੱਲ ਦੱਸਾਂ, ਦਿਲ ਚੋਂ ਮਾੜਾ ਨਹੀਂ ਬੋਲਦਾ ਮੈਂ ਤੈਨੂੰ ਕਦੇ। ਉਹ ਤਾਂ ਮਾਂ ਸਾਹਮਣੇ ਨੰਬਰ ਬਣਾਉਣੇ ਪੈਂਦੇ ਨੇ, ਨਹੀਂ ਉਹ ਕਹਿੰਦੇ ਵੀ ਜਨਾਨੀ ਅੱਗੇ ਨਾ ਆਪਦੇ ਨੰਬਰ ਹੀ ਬਣਾਇਆ ਕਰ ਤੂੰ। ਓਏ ਆਏ ਨਹੀਂ, ਤੈਨੂੰ ਨਹੀਂ ਪਤਾ ਬੁੜੀਆਂ ਦਾ ਇਹ ਕਹਿ ਦਿੰਦੇ ਵੀ ਜਨਾਨੀ ਦੇ ਥੱਲੇ ਲੱਗ ਗਿਆ ਤਾਂ ਥੋੜ੍ਹਾ ਜਿਹਾ ਕਰਨਾ ਪੈਂਦਾ ਮੈਨੂੰ ਉਹਦੇ ਸਾਹਮਣੇ। ਬਸ ਰਹਿੰਦੇ ਤਾਲੀ, ਮੈਂ ਤਾਂ ਬੋਲਣਾ ਹੀ ਨਹੀਂ ਹੈਗਾ ਤੇਰੇ ਨਾਲ। ਕਾਹ ਤੋਂ ਨਹੀਂ ਬੋਲਣਾ? ਤੂੰ ਤਾਂ ਮੇਰੇ ਘਰ ਵਾਲੀ ਹੈ, ਫਿਰ ਤੇਰੇ ਨਾਲ ਨਹੀਂ ਬੋਲੂ, ਹੋਰ ਕਿਹਦੇ ਨਾਲ? ਦੱਸ ਬੁੱਗਰ ਬਾਬੇ ਨਾਲ ਬੋਲੂੰਗਾ ਮੈਂ। ਜਿਹਦੇ ਨਾਲ ਮਰਜ਼ੀ ਬੋਲ, ਆਪਦੀ ਮਾਂ ਨਾਲ ਬੋਲਿਆ ਕਰ, ਉਹਦੇ ਨਾਲ ਸਲਾਹ ਮਸ਼ਵਰੇ ਕਰਦਾ ਨਾ ਸਾਰੇ। ਤੁਸੀਂ ਮਾਂ ਪੁੱਤੇ ਰਲ ਕੇ ਮੇਰੀ ਬੇਇੱਜ਼ਤੀ ਕਰਦੇ ਹੋ ਨਾ, ਸਾਰਾ ਦਿਨ ਜਿੰਨਾ ਮਰਜ਼ੀ ਕੰਮ ਕਰੀ ਚੱਲਾ ਤੁਹਾਡਾ। ਹੱਦ ਹੈ ਤੇਰੇ ਵਾਲੀ ਗੱਲ, ਮੈਂ ਉਹਦੇ ਨਾਲ ਰਲ ਕੇ ਬੇਇੱਜ਼ਤੀ ਨਹੀਂ ਕਰਦਾ, ਉਹ ਤਾਂ ਉਹਦੇ ਨਾਲ ਮੈਂ ਸਿਰਫ ਕੰਪਨੀ ਦਿੰਦਾ ਹੁੰਦਾ ਉਹਨੂੰ ਬੋਲਣ ਨੂੰ। ਮੈਂ ਤਾਂ ਨਹੀਂ ਦਿਲੋਂ ਦਿਲ ਤੋਂ ਨਹੀਂ ਬੋਲਿਆ ਕਦੇ ਵੀ ਤੈਨੂੰ ਮੈਂ ਨਾ ਕੁਛ ਮਰਜ਼ੀ। ਚੱਲ ਮਾਂ ਨੂੰ ਪੁੱਠਾ ਬੋਲ ਦਿੰਦਾ ਹੁਣ ਲੈ ਬੋਲ, ਦੱਸ ਕੀ ਕਹਾਂ? ਉਹ ਤਾਂ ਹੈ ਹੀ ਇਹੋ ਜਿਹੀ ਹੈ, ਐਂ ਬੋਲਦੀ ਗਰਗਰੇ ਜਿਹੇ ਬੋਲ ਵਾਲੀ, ਐਂ ਆ ਉਹ। ਬਸ ਕਰ ਤੂੰ, ਮੇਰੇ ਅੱਗੇ ਨਾ ਸੱਚਾ ਜਿਹਾ ਹੋਣ ਦੀ ਹੁਣ ਲੋੜ ਨਹੀਂ ਹੈਗੀ, ਚੰਗੀ ਤਰ੍ਹਾਂ ਜਾਣਦੀ ਆ ਮੈਂ ਤੁਹਾਨੂੰ, ਦੋਨਾਂ ਨੇ ਭੁੱਲੀ ਨਹੀਂ ਹੈਗੀ। ਚੰਗਾ ਭਾਈ, ਹੁਣ ਤੂੰ ਤਾਂ ਉਹੀ ਭੱਖੀ ਬੈਠੇ ਦੇਖ, ਚੰਗਾ ਇਹ ਦੱਸ ਮੰਨੇਗੀ ਕਿਵੇਂ? ਬਸ ਮੈਂ ਤੈਨੂੰ ਬੁਲਾਉਣਾ ਨਹੀਂ ਹੈਗਾ, ਮੈਨੂੰ ਬਣਾਉਣ ਦੀ ਲੋੜ ਨਹੀਂ ਹੈਗੀ ਕੋਈ। ਆਹ ਤਾਂ ਗੱਲ ਗਲਤ ਹੈ ਤੇਰੀ, ਫਿਰ ਦੇਖ ਕਿਵੇਂ ਮਰਜ਼ੀ ਕਰ ਲਾ, ਦੇਖ ਬੋਲਣਾ ਤਾਂ ਪਊਗਾ। ਇਹ ਮੈਂ ਬੋਲੇ ਬਿਨਾ ਕਿ ਮੇਰਾ ਜੋ ਘਰ 'ਚ ਤਿੰਨ ਤਾਂ ਜੀ ਆ ਯਾਰ, ਦੇਖ ਮੈਂ ਹੁਣ ਬੋਲੂੰਗੀ ਇਹਦੇ ਨਾਲ, ਬਾਹਰ ਅੰਦਰ ਤਾਂ ਪਿੰਡ 'ਚ ਕੋਈ ਮੈਨੂੰ ਬੁਲਾਉਣ, ਸੱਚ ਪਿੰਡ 'ਚ ਤਾਂ ਮੈਨੂੰ ਬਹੁਤ ਬੁਲਾਉਂਦੇ ਨੇ, ਮੈਂ ਆਪਣਾ ਘਰੇ ਕਹਿਣਾ, ਘਰੇ ਕੌਣ ਬੋਲੂ ਮੇਰੇ ਨਾਲ? ਕੋਈ ਵੀ ਨਹੀਂ, ਤੇਰੀ ਮਾਂ ਹੈਗੀ ਇੱਕ, ਤੇਰੇ ਨਾਲ ਬੋਲਣ ਨੂੰ ਬਸ, ਉਹਦੇ ਨਾਲ ਬੋਲੀ ਜਾਇਆ ਕਰ। ਮਾਂ ਨਾਲ ਹਰ ਟਾਈਮ ਥੋੜ੍ਹੀ ਗੱਲ ਕਰਦੇ ਹੁੰਦਾ ਬੰਦਾ, ਹੁਣ ਘਰ ਵਾਲੀ ਨਾਲ ਵੀ ਕਰ, ਰਿੰਨ ਤਾਂ ਹਰ ਟਾਈਮ ਫਿਰ ਵੀ ਮਾਂ ਨਾਲ ਹੀ ਆ, ਚੁਗਲਾਂ ਕਰਦਾ ਮੇਰੇ ਨਾਲ। ਚੰਗਾ ਦੱਸ ਮੰਨੇਗੀ ਕਿਵੇਂ? ਹੈਂ ਦੱਸ ਦੇ ਕਿਵੇਂ ਮੰਨੇਗੀ? ਨਹੀਂ ਬਸ ਮੈਂ ਨਹੀਂ ਮੰਨਣਾ, ਤੂੰ ਯਾਰ ਮੈਨੂੰ ਬੁਲਾ ਹੀ ਨਾ, ਪਰੇ ਹੋ ਜਾ ਤੂੰ ਐਵੇਂ। ਜੇ ਤੈਨੂੰ ਸੂਟ ਦਵਾ ਲਿਆ ਮੈਂ, ਹੈਂ ਨਹੀਂ ਮੈਂ ਨਹੀਂ ਲੈਣੇ ਸੂਟ, ਅੱਗੇ ਕਿਹੜਾ ਮੈਂ ਸੂਟਾਂ ਤੋਂ ਬਿਨਾਂ ਫਿਰਦੀ ਹਾਂ। ਗੱਲ ਜਿਹੜਾ ਕੱਲ੍ਹ ਤੈਨੂੰ 4500 ਰੁਪਇਆ ਫੜਾਇਆ ਦੀ ਹੈਗਾ। ਆਹੋ ਹੈਂ, ਪਰ ਚੱਲ ਐਂ ਕਰ, ਨਾਲ ਤਾਂ ਆਪਾਂ ਰਸੋਈ ਦਾ ਸਮਾਨ ਲਿਆਵਾਂ। ਆਹ ਸੱਚੀ ਖੜਾ ਤੂੰ ਕਿਵੇਂ? ਗਰਮੀ ਗਰਮੀ ਹੋਏ ਪਿਆ, ਚੱਲ ਰਸੋਈ ਦਾ ਸਮਾਨ ਲਿਆਵਾਂਗੇ ਨਾਲ, ਨਾਲੇ ਤੇਰੇ ਸੂਟ ਦਵਾ ਲਿਆ, ਹੈਂ ਮੰਨ ਜਾ। ਹੈਂ ਦੇਖ ਐਂ ਨਹੀਂ ਬੱਗਾ ਨਹੀਂ ਮੇਰਾ, ਹੈਂ ਤੂੰ ਤਾਂ ਹੋਣਾ ਲਾਡੋ, ਹਾਂ ਮੇਰੀ ਲਾਡੋ ਮਾਡੋ, ਹੱਸ ਹੱਸ ਇਹ ਇਹ ਕੱਢੀ ਖੁਰਪੇ ਜੇ ਬਾਰੇ ਇਹ ਪੱਕੀ ਗੱਲ ਲੈ, ਹੁਣ ਤੇਰੀ ਮਾਂ ਨੀ ਨਾ ਘਰੇ ਹੈਗੀ, ਤੂੰ ਤਾਂ ਐਂ ਬੋਲੀ ਜਾਂਦਾ ਗਾ, ਡਰਦੇ ਆ ਆਪਾਂ ਉਤੋਂ। ਉਹ ਤਾਂ ਮੈਂ ਹੋਇਆ ਵੀ ਚੱਲ ਬੇਚਾਰਾ, ਹੁਣ ਮੇਰਾ ਪਿਓ ਸਿਰ ਤੇ ਨੀ ਹੈਗਾ, ਕਹੂਗੀ ਵੀ ਹਾਂ ਮੈਂ ਕੱਲੀ ਰਹਿ ਗਈ, ਐਂ ਬੋਲਦਾ ਮੇਰੇ ਸਾਹਮਣੇ, ਨਹੀਂ ਮੈਂ ਗੇੜਾ ਖਵਾ ਦਾ ਉਹਨੂੰ ਤਾਂ ਮੈਂ। ਹਾਂ ਤਾਂ ਉਹ ਛੱਡ, ਬਜ਼ੁਰਗ ਬੰਦਿਆਂ ਦੀ ਗੱਲ ਕਰਿਆ ਕਰਦੇ, ਸੂਟ ਦਵਾ ਕੇ ਲਿਆ। ਚੱਲ ਕਾਹਤੇ ਜਾਈਏ ਫਿਰ, ਬੱਸ ਤੇ ਚੱਲੀ ਆਪਾਂ, ਮੋਟਰਸਾਈਕਲ ਤੇ ਚੱਲ। ਤੇਲ ਤਾਂ ਪਊਆ ਕਰਾਇਆ ਗਿਆ, ਤੂੰ ਐਂ ਲਾ ਲਿਆ ਉਹ ਸ਼ੇਰੋਂ ਵਾਲਾ ਅੱਡਾ ਨਹੀਂ ਰੱਪਣਾ ਤਾਂ।
ਕੋਈ ਨਹੀਂ ਮੈਂ ਤੈਨੂੰ 200 ਦਾ ਤੇਲ ਪਵਾ ਦੂੰ। ਪੱਕਾ? ਹਾਂ। ਫਿਰ ਮੋਟਰਸਾਈਕਲ ਕੱਢਾਂ? ਆਏ ਕਰ ਫਿਰ, ਆ ਜਾ ਮਾਂ ਨੂੰ ਆ ਜਾਣ ਤੇ ਫਰਮਾ ਦੇ ਉੱਥੇ ਪਹਿਲਾਂ ਹੀ ਚੱਲਦੇ ਆ। ਜਾ ਨੀ ਮਾਂ ਨੂੰ ਆ ਜਾਣ ਤੇ ਮੈਂ ਕਹਿੰਦਾ ਸੀ ਹੈ ਯਾਰ ਬਹਾਨੇ ਨਾ ਬਣਾ ਤੇ ਲੈ ਕੇ ਜਾਣਾ ਤਾਂ ਲੈ ਚੱਲ, ਨਹੀਂ ਫਿਰ ਰਹਿਣ ਦੇ। ਤਾਂ ਆਕੜ ਕੇ ਤਾਂ ਨਾ ਬੋਲ, ਵਕਤਾ ਚੱਲਦਾ ਮੈਂ। ਆ ਜਾ। ਹਾਂ ਦੇਖ ਲਾ ਸੂਟ ਦੇ ਨਾਮ ਕਿਵੇਂ ਛਾਲ ਮਾਰੀ ਮੇਰੇ ਸਾਲ ਕਰਨ। ਜਾ ਲੈ ਦਰਜੇ ਵੀ ਪਵਾ ਦੇ। ਤੁਰਪਾ ਯਾਰ। ਇੱਕ ਗੱਲ ਹੈ ਮਨਪ੍ਰੀਤ, ਤੇਰੇ ਪੇਕਿਆਂ ਨੇ ਦਿੱਤਾ ਮੋਟਰਸਾਈਕਲ, ਤੇਰੇ ਵਾਂਗੂ ਇਹ ਚੀਕਦਾ ਹੈ। ਨਾ ਜੋੜੀ ਕਿੱਥੇ ਨਿਕਲ ਚੱਲੀ, ਸਵੇਰੇ ਤਾਂ ਤੁਸੀਂ ਕੁੱਤੇ ਬਿੱਲੀ ਹੋਈ ਫਿਰਦੇ ਸੀਗੇ, ਆ ਹੁਣ ਐਡੀ ਛੇਤੀ ਟੂਰ ਵੀ ਚੱਕ ਲਿਆ। ਮਾਂ ਸਵੇਰੇ ਵਾਲੀ ਗੱਲ ਨਾ ਯਾਦ ਕਰੋ, ਮਸਾਂ ਮਨਾਈ ਆ। ਅੱਜ ਕੱਲ ਦੇ ਨੇ ਮੁੰਡਿਆਂ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ, ਸਾਰੀ ਉਮਰ ਆ ਤੀਵੀਂ ਨੂੰ ਮਨਾਉਣ 'ਚ ਹੀ ਕੱਢ ਦਿੰਦੇ ਆ। ਨਾ ਮੰਮੀ ਮੇਰੀ ਗੱਲ ਸੁਣੋ, ਅਸੀਂ ਜਦੋਂ ਵੀ ਕਿਤੇ ਜਾਣਾ ਹੁੰਦਾ ਤੁਸੀਂ ਮਿੱਥਿਆ ਹੀ ਹੁੰਦਾ ਵੀ ਸਾਡੇ ਨਾਲ ਲੜਨਾ ਹੀ ਆ, ਸਾਨੂੰ ਘੇਰਨਾ ਹੀ ਆ। ਹਾਂ ਘੇਰਨਾ ਹੀ ਆ, ਜਵਾਨ ਦੇਖ ਲੈ ਕਿਵੇਂ ਚੱਲਦੇ। ਚੱਲ ਚੰਗਾ ਜੇ ਬਾਹਰੇ ਉੱਜੜਦੇ ਨਾ ਤਾਂ ਆਉਂਦੇ ਹੋਏ ਸਬਜ਼ੀ ਭਾਜੀ ਲੈ ਆਇਓ। ਹਾਂ ਸੱਚ, ਹੁਣ ਗਏ ਜਾਂਦੇ ਤਾਂ ਹੈਗਾ, ਡਿੱਗੀ ਭਰ ਲਿਓ ਗੱਡੀ ਦੀ। ਨਾ ਮੈਨੂੰ ਗੱਡੀ ਦੇ ਕੀ ਮਿਹਣੇ ਜੇ ਦਿਨਾ, ਜੇ ਐਡਾ ਹੀ ਤੈਨੂੰ ਗੱਡੀ ਚੜ੍ਹਨ ਦਾ ਚਾਅ ਹੈ ਨਾ, ਕਮਾਈ ਕਰਕੇ ਲੈ ਲਾ ਗੱਡੀ, ਜਾਂ ਫਿਰ ਆਪਦੇ ਸਹੁਰਿਆਂ ਤੋਂ ਲੈ ਲਾ। ਹੁਣ ਤੂੰ ਚੱਲ ਪੈਂਗਾ ਕਿ ਸਹੁਰਿਆਂ ਵਾਲੀ ਗੱਡੀ 'ਚ ਘੜੀਸ ਕੇ ਲੈ ਕੇ ਜਾਵਾਂ? ਲੜਨਾ ਪਿਓ ਤੂੰ, ਬਹਿ ਜਾ, ਚੱਲ ਆ ਜਾ, ਚੱਲਦੇ ਆ। ਨਾਲੇ ਮਾਤੇ ਪੁੱਛਣ ਵਾਲੀ ਤਾਂ ਲੋੜ ਹੀ ਨਹੀਂ ਸੀ, ਮੈਨੂੰ ਲੱਗਦਾ ਨਾ ਤੇਰੇ ਦਿਮਾਗ 'ਚੋਂ ਨਿਕਲ ਗਿਆ, ਜਿਹੜਾ ਇਹਨੇ ਪਰਸੋਂ 4500 ਰੁਪਇਆ ਫੜਾਇਆ ਸੀ ਉਹਦਾ ਸੌਦਾ ਪੱਤਾ ਲੈਣੀ ਚੱਲੀ ਆ, ਕੋਈ ਡਾਊਨ ਨਹੀਂ ਚੱਲੀ ਪੈਸੇ ਮੈਂ। ਕਿਉਂ ਬੋਲਦੀ ਹੁੰਦੀ ਆ, ਕਿਉਂ ਕਿਚਕਿਚ ਕਰਾਉਣੀ ਹੁੰਦੀ ਆ, ਕਿਸੇ ਵੇਲੇ ਚੁੱਪ ਕਰ ਜਾ ਕਰ, ਖਰਚਿਆ ਕਰ ਚੁੱਪ। ਹੋਰ ਆ ਭਰਿੰਡਾ ਦਾ ਖੱਖਰ ਦਾ ਵਿਆਹ ਤਾਂ ਨਾਲ ਲੈ, ਪਤਾ ਨਹੀਂ ਮੁੰਡੇ ਤੇ ਕੀ ਇਹੋ ਜਿਹਾ ਕਾਲਾ ਜਾਦੂ ਕੀਤਾ ਇਹਨੇ, ਮਾਂ ਦੀ ਤਾਂ ਗੱਲ ਹੀ ਨਹੀਂ ਸੁਣਦਾ, ਜਿੱਧਰ ਨੂੰ ਹੈਂਡਲ ਵਾਂਗੂ ਮੋੜਦੀ ਹੈ ਉੱਧਰ ਹੀ ਮੁੜ ਜਾਂਦਾ ਹੈਗਾ। ਬਾਈ ਜੀ ਮੈਂ ਤਾਂ ਨਾ ਅੱਜ ਤੁਹਾਡਾ ਧੰਨਵਾਦ ਕਰਨਾ ਆ। ਧੰਨਵਾਦ ਕਰਨਾ ਆ ਬਹਾਲ ਸ਼ਾਹ, ਮੈਂ ਇਹੋ ਜਿਹਾ ਕੀ ਕਰਤਾ ਜਿਹੜਾ ਤੈਨੂੰ ਮੇਰਾ ਧੰਨਵਾਦ ਕਰਨ ਵਾਸਤੇ ਇੱਥੋਂ ਤੱਕ ਆਉਣਾ ਪਿਆ? ਬਾਈ ਜੋ ਤੁਸੀਂ ਉੱਥੇ ਮੇਰੇ 'ਤੇ ਯਕੀਨ ਕਰਿਆ ਨਾ ਉਹਦੇ ਵਾਸਤੇ ਧੰਨਵਾਦ ਕਰਨਾ ਆ। ਮੈਂ ਇੱਕ ਧੀ ਦਾ ਪਿਓ ਹਾਂ, ਮੇਰੀ ਧੀ ਵਾਸਤੇ ਕੀ ਚੰਗਾ ਕੀ ਨਹੀਂ ਚੰਗਾ ਉਹ ਸਾਰਾ ਕੁਝ ਸੋਚ ਕੇ ਹੀ ਮੈਂ ਰਿਸ਼ਤਾ ਕੀਤਾ। ਬਾਈ ਜੀ ਤਾਂ ਹੀ ਤਾਂ ਮੈਂ ਤੁਹਾਨੂੰ ਸਾਰਾ ਕੁਝ ਨਾ ਇੱਥੋਂ ਦੱਸ ਕੇ ਲੈ ਕੇ ਗਿਆ ਸੀ ਵੀ ਉਹਨਾਂ ਦੇ ਘਰ ਮਾੜਾ ਮੋਟਾ ਕੁਛ ਗੱਲਬਾਤ ਹੋ ਸਕਦੀ ਹੈ। ਹਾਂ ਕੋਈ ਨਹੀਂ ਬਹਾਲ ਸਿਆਂ, ਜਦੋਂ ਆਪਾਂ ਸੋਚ ਕੇ ਗਏ ਸੀ ਵੀ ਆਪਾਂ ਰਿਸ਼ਤਾ ਉੱਥੇ ਹੀ ਕਰਨਾ ਤਾਂ ਫਿਰ ਜੋ ਹੋ ਗਿਆ ਠੀਕ ਹੈ, ਨਾਲੇ ਧੰਨਵਾਦ ਕਰਕੇ ਤੂੰ ਮੈਨੂੰ ਸ਼ਰਮਿੰਦਾ ਕਿਉਂ ਕਰਦਾ ਹੈ? ਬਾਈ ਜੀ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਵੀ ਜੇ ਤਾਂ ਕਾਲੀ ਦਾ ਵਿਆਹ ਲੈਣਾ ਤਾਂ ਆਪਾਂ ਕਹਿੰਦੇ ਉਹ ਕਹਿ ਦਿੰਦੇ ਹਾਂ ਅਤੇ ਨਹੀਂ ਫਿਰ ਆਪਾਂ ਮੁੰਡੇ ਵਾਲਿਆਂ ਨੂੰ ਕਹਿ ਦਿੰਦੇ ਹਾਂ ਵੀ ਭਾਈ 2-4 ਮਹੀਨੇ ਖੜ ਜਾਓ। ਉਹ ਨਹੀਂ ਨਹੀਂ ਬਹਾਲ ਸਿਆਂ, ਕਾਲੀ ਤਾਂ ਕੋਈ ਨਹੀਂ, ਪਰ ਮੈਂ ਸੋਚਦਾ ਵੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੱਚੇ ਰਿਸ਼ਤਿਆਂ 'ਚ ਬੜਾ ਟਾਈਮ ਨਹੀਂ ਪਾਉਣਾ ਚਾਹੀਦਾ, ਕੋਈ ਇੰਨੀ ਇੱਕ ਹੀ ਹੋ ਸਕਦੀ ਹੈ, ਇਸ ਲਈ ਮੇਰਾ ਟਾਈਮ ਨਾਲ ਕੰਮ ਨਿਬੜ ਜਾਣਾ ਉਹੀ ਚੰਗਾ। ਚੱਲ ਕੁਲਦੀਪ ਸਿਆਂ ਫਿਰ ਆਪਾਂ ਮੁੰਡੇ ਵਾਲਿਆਂ ਨੂੰ ਕਹਿ ਦਿੰਦੇ ਹਾਂ ਵੀ ਭਾਈ ਆਹ 10-20 ਦਿਨਾਂ 'ਚ ਆਪਦੀ ਤਿਆਰੀ ਕਰ ਲਓ। ਉਹ ਤਾਂ ਤੇਰੀ ਗੱਲ ਠੀਕ ਹੈ ਬਾਈ, ਪਰ ਤੁਸੀਂ ਇੱਕ ਵਾਰੀ ਮੁੰਡੇ ਵਾਲਿਆਂ ਨਾਲ ਵੀ ਸਲਾਹ ਕਰ ਲਓ ਵੀ ਅਗਲਾ ਕੀ ਕਹਿੰਦਾ। ਉਹ ਬਾਈ ਜੀ ਉਹ ਤਾਂ ਕੁੜੀ ਦੀ ਦੇਖ ਦਿਖਾਈ 'ਤੇ ਚੁੰਨੀ ਚੜ੍ਹਾਉਣ ਨੂੰ ਕਹਿੰਦੇ ਸੀ, ਠੀਕ ਹੈ, ਪਰ ਹੁਣ ਜਦੋਂ ਤੁਸੀਂ ਕਹਿੰਦੇ ਵੀ ਆਪਾਂ ਗੱਜ ਵੱਜ ਕੇ ਵਿਆਹ ਕਰਨਾ, ਫਿਰ ਅਗਲੇ ਕਹਿੰਦੇ ਵੀ ਜਦੋਂ ਕੁੜੀ ਵਾਲੇ ਐਂ ਕਹਿੰਦੇ ਆ ਠੀਕ ਹੈ ਫਿਰ ਬਹਾਲ ਸਿਆ। ਹੁਣ ਤਾਂ ਚੁੰਨੀ ਚੜ੍ਹਾਉਣ ਵਾਲਾ ਕੰਮ ਵੀ ਠੀਕ ਹੈ, ਪਰ ਮੈਂ ਸੋਚਦਾ ਵੀ ਜਿੰਨੇ ਪੈਸੇ ਇੱਕ ਦਿਨ 'ਚ ਆਪਾਂ ਲੋਕਾਂ ਨੂੰ ਖਵਾ ਦੇਵਾਂਗੇ ਉਹੀ ਪੈਸੇ ਜੇ ਕੁੜੀ ਨੂੰ ਦੇ ਦੇਈਏ ਗਾਂਹ ਜਾ ਕੇ ਬੱਚਿਆਂ ਦੇ ਕੰਮ ਵੀ ਆ ਸਕਦੇ। ਸਲੂਟ ਆ ਬਾਈ ਕੁਲਦੀਪ ਸਿਆ ਤੇਰੀ ਸੋਚ ਨੂੰ, ਜੇ ਸਾਰੇ ਮਾਂ ਪਿਓ ਐਂ ਸੋਚਣ ਲੱਗ ਜਾਣ ਨਾ ਤਾਂ ਲੋੜ ਪੈਣ 'ਤੇ ਕੋਈ ਵੀ ਧੀ ਆਪਦੇ ਆਪ ਨੂੰ ਇਕੱਲਾ ਨਹੀਂ ਸਮਝੂ। ਮੈਂ ਤਾਂ ਇਹੀ ਸੋਚ ਕੇ ਫੈਸਲਾ ਲਿਆ ਕਿ ਲੋਕਾਂ ਨੂੰ ਨਹੀਂ ਖਵਾਉਣਾ, ਬਸ ਸਾਰਾ ਕੁਛ ਆਪਦੀ ਧੀ ਨੂੰ ਦੇ ਦੇਣਾ।
ਉਹ ਬੜੀ ਵਧੀਆ ਸੋਚ ਹੈ, ਲੋਕ ਤਾਂ ਖਾ ਖਾ ਕੇ ਨਾ ਮੂੰਹ ਤੇ ਫੇਰ ਕੇ ਹੱਥ ਨਿਕਲ ਜਾਂਦੇ ਅਗਲਾ ਅਗਲਾ ਕੌਣ ਦੇਖਦਾ ਹੈਗਾ। ਸਹੀ ਗੱਲ ਹੈ, ਨਾਲੇ ਕਹਿਣਗੇ ਟਿੱਕੀਆਂ ਨਹੀਂ ਸਵਾਦ, ਆ ਪਕੌੜੇ ਠੰਡੇ ਸੀ, ਆ ਫਲਾਨਾ ਸੀ। ਅੱਖੀ ਤਾਂ ਬੱਜ ਗਿਆ। ਹੈਲੋ, ਹਾਂਜੀ, ਹੈਂ, ਇਹ ਕਿਵੇਂ ਹੋ ਸਕਦਾ ਜੀ?